ਤੇ ਸਾਂਝ ਮਸਲਿਆਂ ਦੀ ਸ਼ੁਰੂਆਤ ਅਸੀਂ ਹੁਣ ਕੀਤੀ ਹੈ ਜੀ ਅਸੀਂ ਪਹੁੰਚੇ ਹਾਂ ਗੁਰਨਾਨਕ ਦਰਬਾਰ ਲੌਂਗ ਆਇਲੈਂਡ ਜਾਣਨ ਦੀ ਕੋਸ਼ਿਸ਼ ਕਰਦੇ ਆ ਕਿ ਸੰਗਤ ਇੱਥੇ ਕੀ ਕੁਝ ਕਰਨਾ ਚਾਹੁੰਦੀ ਹੈ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਸਾਂਝੇ ਮਸਲੇ ਆ ਵੌਇਸ ਆਫ ਐਨ ਆਰ ਆਈ ਅੱਜ ਅਸੀਂ ਗੱਲ ਕਰਾਂਗੇ ਕਰਤਾਰਪੁਰ ਲਾਂਗੇ ਦੀ ਜੋ ਕਿ ਇੱਕ ਕੌਮੀ ਮਸਲਾ ਵੀ ਬਣਿਆ ਹੋਇਆ ਇੱਕ ਸਾਂਝਾ ਮਸਲਾ ਵੀ ਬਣਿਆ ਹੋਇਆ ਉਹਨੂੰ ਲੈ ਕੇ ਗੁਰਨਾਨਕ ਦਰਬਾਰ ਲੌਂਗ ਆਇਲੈਂਡ ਦੇ ਵਿੱਚ ਸੰਗਤ ਮੌਜੂਦ ਹੈ ਗੁਰਦੁਆਰੇ ਦੀ ਮੈਨੇਜਮੈਂਟ ਮੌਜੂਦ ਹੈ ਜਾਣਨ ਦੀ ਕੋਸ਼ਿਸ਼ ਕਰਦੇ ਆ ਕਿ ਕੀ ਕੁਝ ਵਿਚਾਰ ਉਹ ਸਾਡੇ ਨਾਲ ਸਾਂਝੇ ਕਰਨੇ ਚਾਹੁੰਦੇ ਹਨ ਸਭ ਤੋਂ ਪਹਿਲਾਂ ਤੇ ਮੈਂ ਸਾਰੀ ਸੰਗਤਾਂ ਦਾ ਔਰ ਸਾਰੀ ਮੈਨੇਜਮੈਂਟ ਟੀਮ ਦਾ ਜੀ ਆਇਆਂ ਨੂੰ ਕਰਦਾ ਸਵਾਗਤ ਕਰਦਾ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਮੈਂ ਜਾਣਨ ਦੀ ਕੋਸ਼ਿਸ਼ ਕਰ ਰਿਹਾ ਜੀ ਮੈਨੂੰ ਸਿਰਫ ਇੱਕ ਗਲਤੀ ਸਮਝ ਨਹੀਂ ਆ ਰਹੀ ਕਰਤਾਰਪੁਰ ਲਾਂਗਾ ਪੰਜਾਬ 550 ਪ੍ਰਕਾਸ਼ਪੁਰਬ ਹੈ ਔਰ ਇੰਨਾ ਵੱਡਾ ਦਿਹਾੜਾ ਹੈਗਾ ਉਨੂੰ ਲੈ ਕੇ ਤੁਹਾਡੀ ਕੀ رائے ਹੈ ਕੀ ਤੁਸੀਂ ਸੋਚ ਰਹੇ ਹੋ ਕੀ ਤੁਹਾਡੇ ਵਿਚਾਰ ਨੇ ਕਰਤਾਰਪੁਰ ਜੋ ਖੁੱਲਿਆ ਸਾਡੇ ਵਾਸਤੇ ਇਹ ਦੋਨੋਂ ਗਵਰਨਮੈਂਟ ਦਾ ਬੜੇ ਧੰਨਵਾਦ ਕਰਦੇ ਆ ਜੋ ਇਸ ਅਸਰ ਅਸੀਂ ਇਹ ਕੰਮ ਹੋਇਆ ਅਸੀਂ ਦਰਸ਼ਨ ਕਰਨੇ ਚਾਹੀਏ ਅਸੀਂ ਗੁਰਨਾਨਕ ਦੇਵ ਜੀ ਦੀ ਥਾਂ ਦੇਖ ਕੇ ਚਸ਼ਮਤ ਅੱਖਾਂ ਤੇ ਲਾਈ ਉਹਨਾਂ ਦੀ ਮਿੱਟੀ ਵਿੱਚ ਸਭ ਤੋਂ ਪਹਿਲਾਂ ਮੈਂ ਤੁਹਾਡੇ ਤੋਂ ਜਾਨਣਾ ਚਾਹਾਂਗਾ ਤੁਸੀਂ ਪਬਲਿਕ ਦੇ ਵਿੱਚ ਰਹਿੰਦੇ ਹੋ ਸੰਗਤ ਦੇ ਵਿੱਚ ਰਹਿੰਦੇ ਹੋ ਔਰ ਤੁਸੀਂ ਆਪਣੇ ਵਿਚਾਰ ਸਾਂਝੇ ਕਰਦੇ ਹੋ ਤੇ ਕੀ ਕਹਿ ਰਹੀ ਹੈ ਪਬਲਿਕ ਔਰ ਤੁਹਾਡੀ ਆਪਣੀ ਖੁਦ ਦੀ ਨਿੱਜੀ رائے ਕੀ ਹੈ ਇਹ ਬੜਾ ਬਹੁਤ ਅੱਛਾ ਕੰਮ ਹੋਇਆ ਬਹੁਤ ਵਧੀਆ ਸੋਹਣਾ ਕੰਮ ਹੋਇਆ ਜੋ ਕਰਤਾਰਪੁਰ ਦਾ ਗੁਰਦੁਆਰਾ ਸੰਗਤ ਵਸੇ ਖੁੱਲਿਆ ਹੈ ਇਹ 70 ਸਾਲ ਦੀ ਮਿਹਨਤ ਜੋ ਸਿੱਖ ਕਰ ਰਹੇ ਸਨ ਉਹ ਕਬੂਲ ਹੋ ਗਈ ਹੈ ਜੋ ਅਰਦਾਸ ਰੋਜ਼ ਅਸੀਂ ਕਰਨੇ ਆ ਜਿੱਥੇ ਜਿੱਥੇ ਗੁਰਦੁਆਰੇ ਸਾਡੇ ਬੰਦ ਪਏ ਅਸੀਂ ਅਰਦਾਸ ਕਰਨੇ ਆ ਕਿ ਸਾਡੀ ਗੁਰਦੁਆਰੀ ਖੁੱਲ ਜਾਉ ਇਹ ਸੰਗਤ ਵਸੇ ਖੁੱਲ ਗਈ ਹੈ ਇਸ ਨਾਲ ਉਹ ਗੱਲ ਕੀ ਹੋ ਸਕਦਾ ਹੈ ਜੋ 550 ਸਾਲ ਗੁਰਪੁਰ ਵਸੀ ਮਨਾ ਰਹੇ ਆ ਤੇ ਬੜਾ ਅਸੀਂ ਧੂਮ-ਤਾਮ ਨਾਲ ਗੁਰਦਾਰ ਪਰਸੇ ਮਨਾएंगे ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਉਹ ਸੰਗਤ ਹੈ ਇਹ ਉਹ ਮੈਨੇਜਮੈਂਟ ਹੈ ਜੋ ਕਿ ਵਾਕਈ ਹੀ ਪਿਛਲੇ ਕਈ ਦਹਾਕਿਆਂ ਤੋਂ ਅਰਦਾਸ ਕਰਦੀ ਹੋਈ ਆ ਰਹੀ ਸੀਗੀ ਔਰ ਅਰਦਾਸ ਦੇ ਵਿੱਚ ਖਾਸ ਤੌਰ ਤੇ ਇਹਨਾਂ ਨੇ ਕਿਹਾ ਸੀਗਾ ਕਿ ਸਾਨੂੰ ਖੁੱਲੇ ਦਰਸ਼ਨ دیدار ਕਰਾਣਾ ਹੁਣ ਮੌਕਾ ਹੈ ਮੌਕਾ ਲੇਕਿਨ ਹੈ ਲੇਕਿਨ ਇਹਨੂੰ ਸਿਆਸੀ ਕਿਉਂ ਮਨਾਇਆ ਜਾ ਰਿਹਾ ਹੈ ਕਿਉਂ ਇਹਦੇ ਉੱਤੇ ਹਰ ਕੋਈ ਬਾਬੇ ਨਾਨਕ ਦੀ ਜੋ ਗੱਲ ਸੀ ਸਭ ਤੇਰਾ 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 ਲੇਕਿਨ ਅੱਜ ਗੱਲ ਕਿਉਂ ਹੋ ਰਹੀ ਹੈ ਸਭ ਮੇਰਾ 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 ਇਹ ਵੀ ਵਿਚਾਰ ਆਪਾਂ ਇੱਕ ਵਾਰੀ ਜਾਣਨ ਦੀ ਕੋਸ਼ਿਸ਼ ਕਰ ਲੈਨੇ ਆ ਗੁਰਪਾਲ ਸਿੰਘ ਜੋਸ਼ਨ ਜੀ ਵੀ ਸਾਡੇ ਨਾਲ ਮੌਜੂਦ ਨੇ ਬੀਦੀ ਜੀ ਵੀ ਮੌਜੂਦ ਨੇ ਬੀਦੀ ਜੀ ਸਿਆਸੀ ਤੁਸੀਂ ਵੀ ਦੇਖੀ ਜ਼ਿੰਦਗੀ ਆਪਣੀ ਪੂਰੀ ਔਰ ਜ਼ਿੰਦਗੀ ਦੇ ਵਿੱਚ ਕਹੀਂ ਉਤਾਰ ਚੜਾਵ ਤੁਸੀਂ ਵੀ ਵੇਖੇ ਹੋਣੇ ਆ ਅੱਜ 550ਵਾਂ ਪ੍ਰਕਾਸ਼ ਪੁਰਬ ਗੁਰੂ ਨਾਨਕ ਸਾਹਿਬ ਜੀ ਦਾ ਇੰਨਾ ਵੱਡਾ ਦਿਹਾੜਾ ਲੇਕਿਨ ਸਭ ਮੇਰਾ 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 ਕੀ ਕਹਿਣਾ ਚਾਹੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤਾਂ ਜੀ ਮੈਂ ਸਾਰੀ ਸਿੱਖ ਕੌਮ ਨੂੰ ਵਧਾਈ ਦੇਣਾ ਚਾਹਾਂਗਾ ਜੋ ਕਿ ਇਹ ਇੰਡੀਆ ਗਵਰਨਮੈਂਟ ਔਰ ਪਾਕਿਸਤਾਨ ਗਵਰਨਮੈਂਟ ਦੋਨਾਂ ਗਵਰਨਮੈਂਟਾਂ ਦਾ ਧੰਨਵਾਦ ਜੋ ਕਿ ਉਹਨਾਂ ਨੇ ਸਿੱਖਾਂ ਦੀ ਇੱਕ ਜੜੀ ਬੜੀ ਇਕਰਾਹ ਰੀਚ ਸੀਗੀ ਚਾਹ ਸੀਗੀ ਕਿ ਇਹ ਜੋ ਸਥਾਨ ਸਾਡੇ ਕੋਲ ਗੁਰੂ ਨਾਨਕ ਮਹਾਰਾਜ ਦਾ ਜਿੱਥੇ ਕਿ ਉਹਨਾਂ ਨੇ ਆਪਣੀ ਜ਼ਿੰਦਗੀ ਦੇ ਆਖਰੀ 18 ਸਾਲ ਉਹਨਾਂ ਨੇ ਹੱਥੀ ਕੰਮ ਕਰਕੇ ਜੋ ਸਾਨੂੰ ਉਹਨਾਂ ਨੇ ਸਿੱਖਿਆ ਦਿੱਤੀ ਹੈ ਆਪਣੇ ਹੱਥਾਂ ਨਾਲ ਕੰਮ ਕਰੋ ਉਹਨਾਂ ਨੇ ਕਰਕੇ ਸਾਨੂੰ ਇੱਕ ਰਸਤਾ ਦਿਖਾਇਆ ਉਹ ਜਗ੍ਹਾ ਜੋ ਸਾਡੇ ਕੋਲ ਵਿਛੜੀ ਹੋਈ ਸੀ ਉਹਦੇ ਲਈ ਇੱਕ ਰਸਤਾ ਖੁੱਲਣ ਦੀ ਇੱਕ ਐਲਾਨ ਹੋਇਆ ਮੇਰੇ ਹਿਸਾਬ ਨਾਲ ਹੁਣ ਤੱਕ ਕਿ ਵੀ ਕੋਰੀਡੋਰ ਬਣਾਈ ਜਾਵੇਗੀ ਜਿੱਤੇ ਕਿ ਅਸੀਂ ਕਰਤਾਰਪੁਰ ਸਾਹਿਬ ਦੇ ਦਰਸ਼ਨ ਇੰਡੀਆ ਤੋਂ ਜਾ ਕੇ ਅਸੀਂ ਕਰ ਸਕਾਂਗੇ ਸੋ ਇਹ ਤੇ ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਕਿ ਮੇਰੀ ਮੇਰੀ ਵਾਲੀ ਇਹ ਤਾਂ ਦੁਨੀਆ ਦਾ ਦਸਤੂਰ ਹੈ ਕਿ ਜਦੋਂ ਵੀ ਕੋਈ ਅੱਛੇ ਕੰਮ ਹੁੰਦੇ ਨੇ ਇਸ ਤਰ੍ਹਾਂ ਦੇ ਕੰਮ ਹੁੰਦੇ ਨੇ ਤੇ ਉਹ ਜਦੋਂ ਕੰਮ ਕਰਦਾ ਕੋਈ ਹੈ ਤੇ ਪਰ ਜਦੋਂ ਉਹਦਾ ਬਣਨ ਦਾ ਟਾਈਮ ਆ ਜਾਂਦਾ ਉਹ ਬਣ ਜਾਂਦਾ ਤੇ ਉਹ ਵਾਵਾ ਖੱਟਣੇ ਸਾਰੇ ਅੱਗੇ ਆ ਜਾਂਦੇ ਨੇ ਵੀ ਹਾਂ ਵੀ ਇਹ ਮੈਂ ਕੀਤਾ ਮੈਂ ਕੀਤਾ ਪਰ ਅਸਲੀ ਗੱਲ ਇਹ ਹੈ ਸਾਨੂੰ ਕੰਮ ਨਾਲ ਮਤਲਬ ਹੈ ਕਿਉਂਕਿ ਕੰਮ ਸਿੱਖੀ ਦਾ ਕੰਮ ਹੈ ਕੰਮ ਸਿੱਖਾਂ ਦੀ ਖੁਸ਼ੀ ਦਾ ਕੰਮ ਹੈ ਤੇ ਇਹ ਕੰਮ ਅਸੀਂ ਅਰਦਾਸ ਹੈ ਹੀ ਕਰੀਏ ਕਿ ਜੋ ਇਹ ਫੈਸਲੇ ਹੋਏ ਨੇ ਗੁਰੂ ਕਿਰਪਾ ਕਰੇ ਕਿ ਕੋਰੀਡੋਰ ਦਾ ਜਿਹੜਾ ਇਹ ਫੈਸਲੇ ਹੋਏ ਨੇ ਇਹ ਸਿਰੇ ਚੜ ਜਾਵੇ ਸਿਰੇ ਚੜ ਜਾਣ ਬਹੁਤ ਵੱਡੀ ਗੱਲ ਹੈ ਸਿਰੇ ਚੜ ਜਾਣ ਕੈਸ਼ਰ ਸਾਹਿਬ ਸੰਤੋਖ ਸਿੰਘ ਜੀ ਸਾਡੇ ਨਾਲ ਮੌਜੂਦ ਹਨ ਬਜਾਦ ਸਾਹਿਬ ਸਿਰੇ ਚੜ ਜਾਣ ਕੀ ਕਹਿਣਾ ਚਾਹੋਗੇ ਵਾਇਰੋਜੀ ਕਾ ਖਾਲਸਾ ਵਾਇਰੋਜੀ ਕੀ ਫਤਿਹ ਮੈਂ ਤਾਂ ਸਭ ਤੋਂ ਪਹਿਲੇ ਸਰਬਤ ਸਤ ਸੰਗਤ ਨੂੰ ਗੁਰੂ ਨਾਨਕ ਨਾਮ ਲੈਵਾਨੂ ਦਾਨ ਲੱਖ 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 ਵਧਾਈ ਦੇਂਦਾ ਹਾਂ ਜੋ ਅੱਜ ਅਸਾਨੂੰ ਇਹ ਖੁਸ਼ੀ ਦੀ ਗੱਲ ਸੁਣੀ ਹੈ ਜੋ ਕਰਤਾਰਪੁਰ ਸਾਹਿਬ ਦੇ ਅਸੀਂ ਜਾ ਕੇ ਦਰਸ਼ਨ ਕਰੀਏ ਇਹ ਸਰਬਤ ਸਤ ਸੰਗਤ ਜਾ ਕੇ ਉੱਥੇ ਦਰਸ਼ਨ ਕਰਨ ਬਹੁਤ ਖੁਸ਼ੀ ਦੀ ਗੱਲ ਹੈ ਲੇਕਿਨ ਇਹ ਹੀ ਗੱਲ ਹੈ ਕਿ ਜੋ ਗੁਰੂ ਨਾਨਕ ਨਾਮ ਲੈਵਾ ਸੰਗੋ ਜਿੱਥੇ ਵੀ ਹੈ ਇਹ ਸਾਰੇ ਨੂੰ ਅੱਜ ਬੜੀ ਖੁਸ਼ੀ ਹੋਏ ਬਹੁਤ ਟਾਈਮ ਨੂੰ ਅਸੀਂ ਇਹ ਅਰਦਾਸ ਕਰਦੇ ਰਹੇ ਆ ਸੱਚੇ ਸਤਗੁਰੂ ਪਾਛਾ ਦਰਸ਼ਨ ਦੀਦਾਰੇ ਬਖਸ਼ੋ ਤੇ ਅੱਜ ਸਾਨੂੰ ਮੌਕਾ ਮਿਲ ਗਿਆ ਕਿ ਅਸੀਂ ਜਾ ਕੇ ਦਰਸ਼ਨ ਦੀਦਾਰੇ ਕਰੀਏ ਸਿੱਖ ਸੰਗਤ ਨੂੰ ਜਾ ਕੇ ਉੱਥੇ ਦਰਸ਼ਨ ਕਰਨਦੇ ਨੇ ਤੇ ਇਹ ਗੁਰੂ ਸਾਹਿਬ ਦੀ ਬੜੀ ਮਿਹਰ ਹੋਈ ਹੈ 4 ਸਾਲ ਪਹਿਲੇ ਅਸੀਂ ਗਏ ਸੀ ਸਾ ਤੇ ਉੱਥੇ ਵੀਜ਼ੇ ਲੈਣੇ ਪੈਂਦੇ ਸੀ ਬੜੀ ਸ਼ੁਕਰ ਹੈ ਰੱਬ ਦਾ ਸਾਡਾ ਰਸਤਾ ਖੋਲਿਆ ਅਸੀਂ ਹੁਣ ਆਰਾਮ ਦੇ ਨਾਲ ਜਾ ਸਕਦੇ ਆ ਉੱਥੇ ਮੈਂ ਸਾਰੇ ਗੁਰੂ ਪੰਥੀ ਸਿੱਖ ਸੇਵਾਦਾਰ ਸਿੱਖਾਂ ਨੂੰ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਦਿੰਦੀ ਆ ਬੋਲੇ ਸੋਨਹਾਲ ਜੇ ਇਹ ਆਵਾਜ਼ ਆ ਰਹੀ ਹੈ ਦਿਲ ਤੋਂ ਹੋਰ ਬਹੁਤ ਖੁਸ਼ੀ ਦੀ ਗੱਲ ਵੀ ਇਹਨਾਂ ਨੂੰ ਲੱਗ ਰਹੀ ਹੈ ਬਹੁਤ ਚੰਗੀ ਗੱਲ ਲੱਗ ਰਹੀ ਹੈ ਹੋਰ ਵੀ ਸਾਡੇ ਨਾਲ ਇੱਥੇ ਮੈਨੇਜਮੈਂਟ ਦੇ ਜਿਹੜੇ ਰਿਪਰੈਜ਼ੈਂਟੇਟਿਵ ਹਨ ਗੁਰੂ ਨਾਨਕ ਦਰਬਾਰ ਲੌਂਗ ਆਇਲੈਂਡ ਹਿਕਸ ਵਿਲ ਨਿਊਯਾਰਕ ਵਿਕੇ ਉਹ ਕੀ ਕੁਝ ਕਹਿਣਾ ਚਾਹੁੰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਮੈਂ ਇਹ ਕਹਾਂਗਾ ਕਿ ਜਿਹੜੀ ਗਵਰਨਮੈਂਟ ਆਫ ਇੰਡੀਆ ਐਂਡ ਗਵਰਨਮੈਂਟ ਆਫ ਪਾਕਿਸਤਾਨ ਨੇ ਬੜੀ ਫਰਾਖ ਦਿੱਲੀ ਕੋ ਲੋਕਾਮ ਲੈ ਕੇ ਇਸ ਕਾਲੀ ਡੋਰ ਦੇ ਉੱਤੇ ਕੰਮ ਕਰਕੇ ਆਪਣੀ ਸਹਿਮਤੀ ਦੱਸੀ ਹੈ ਉਹਨਾਂ ਨੂੰ ਬਹੁਤ ਬਹੁਤ ਮੈਂ ਵਧਾਈ ਦੇਣਾ ਚਾਹਾਂਗਾ ਉਸ ਤੋਂ ਉਪਰੰਤ ਸਭ ਖਾਲਸਾ ਪੰਥ ਨੂੰ ਵਧਾਈ ਹੈ ਕਿ ਜੋ ਹਮੇਸ਼ਾ ਸੀ ਅਰਦਾਸਾਂ ਵਿੱਚ ਕਹਿੰਦੇ ਸੀ ਕਿ ਜਿਹੜੇ ਗੁਰ ਅਸਥਾਨਾਂ ਤੋਂ ਅਸੀਂ ਵਿਛੜੇ ਹੋਇਆ ਸਾਨੂੰ ਖੁੱਲੇ ਦਰਸ਼ਨ ਦੀਦਾਰੇ ਬਖਸ਼ੇ ਇਸ ਮਹਾਨ ਮੌਕੇ ਦੇ ਉੱਤੇ ਕਿ ਇੱਕ ਤਰਫ ਮਹਾਨ ਗੁਰਪੁਰ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਸਾਲ ਆ ਰਿਹਾ ਹੈ ਔਰ ਨਾਲ ਹੀ 550ਵਾਂ ਸਾਲ ਦੇ ਵਿੱਚ ਹੀ ਇਹਦੀ ਸ਼ੁਰੂਆਤ ਕਾਲੀ ਡੋਰ ਦੀ ਸ਼ੁਰੂਆਤ ਹੋਈ ਹੈ ਸੋ ਮੈਂ ਇਹ ਇਸ ਇਸ ਖੁਸ਼ੀ ਨੂੰ ਆਪ ਸਰ ਸਰਬਤ ਸੰਗਤ ਦੇ ਨਾਲ ਸਾਂਝੀ ਕਰਨਾ ਚਾਹਾਂਗਾ ਔਰ ਕਹਾਂਗਾ ਕਿ ਪਲੀਜ਼ ਪਲੀਜ਼ ਇਸ ਦੇ ਉਤੇ ਕੋਈ ਸਿਆਸਤਾਂ ਨਾ ਵਰਤੋ ਇਹ ਧਾਰਮਿਕ ਕੰਮ ਨੇ ਤਰੰਮ ਦੇ ਸੈਂਟੀਮੈਂਟਸ ਨੂੰ ਜਜ਼ਬਾਤਾਂ ਨੂੰ ਸਾਹਮਣੇ ਰੱਖ ਕੇ ਉਸ ਨੂੰ ਅੱਗੇ ਲੈ ਜਾਓ ਕਿਸੇ ਸਿਆਸਤ ਨੂੰ ਅੱਗੇ ਆਉਣ ਦਾ ਮੌਕਾ ਨਾ ਦਿਓ ਕਿਉਂ ਪਿੱਛੇ 75 ਸਾਲ ਪਹਿਲੇ ਚੱਕ ਦੇ ਵਿਚਾਰ ਇਸੇ ਤਰ੍ਹਾਂ ਕਾਲੀ ਡੋਰ ਦਾ ਉਪਰਾਲਾ ਕੀਤਾ ਗਿਆ ਪਰ ਉਹ ਜਿੰਨੀਆਂ ਮੀਟਕਾਂ ਤੋਂ ਬਾਅਦ ਉਹ ਕਾਮਯਾਬ ਨਹੀਂ ਹੋਇਆ ਗੁਰੂ ਜੀ ਮਹਾਨ ਬਖਸ਼ਿਸ਼ ਹੋਈ ਹੈ ਕਿ ਅਸੀਂ ਕਾਮਯਾਬੀ ਦੀ ਸੀੜੀ ਤੇ ਪਹੁੰਚ ਰਹੇ ਹਾਂ ਇਸ ਨੂੰ ਆਨੰਦ ਮਾਣ ਕੇ ਅੱਗੇ ਲਿਆ ਜਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਸ ਤਰੀਕੇ ਨਾਲ ਸੰਗਤਾਂ ਸਾਨੂੰ ਦੱਸ ਰਹੀਆਂ ਹਨ ਕਿ ਇਹ ਜਿਹੜਾ ਮਸਲਾ ਹੈ ਇਹ ਕੋਈ ਸਿਆਸੀ ਮਸਲਾ ਨਹੀਂ ਹੈਗਾ ਇਹ ਇੱਕ ਧਰਮ ਦੇ ਨਾਲ ਜੁੜਿਆ ਹੋਇਆ ਹੈ ਜੋਸਨ ਜੀ ਵੀ ਮੇਰੇ ਨਾਲ ਮੌਜੂਦ ਹਨ ਜੋ ਕਿ ਜਦ ਅਸੀਂ ਗੱਲ ਕਰਦੇ ਹਾਂ ਕਈ ਵਿਸ਼ ਭਰ ਦੇ ਵਿੱਚ ਹੋਈ ਸਿੱਖ ਭਾਈਚਾਰੇ ਨੂੰ ਲੈ ਕੇ ਜਦ ਗੱਲ ਆਉਂਦੀ ਹੈ ਤਾਂ ਗੁਰਪਾਲ ਸਿੰਘ ਜੋਸਨ ਜੀ ਵੀ ਵੱਧ ਚੜ ਕੇ ਹਿੱਸਾ ਲੈਂਦੇ ਨੇ ਉਹਨਾਂ ਦੇ ਵੀ ਆਪਾਂ ਪ੍ਰਤੀਕਰਮ ਜਾਣ ਲੈਣੇ ਹਨ ਕਿ ਉਹ ਕੀ ਕੁਝ ਕਹਿਣਾ ਚਾਹੁੰਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜੋ ਕੁਸ਼ ਹੋਇਆ ਹੈ ਗੁਰੂ ਨਾਨਕ ਸਾਹਿਬ ਨੇ ਆਪ ਕਰਵਾਇਆ ਉਹਨਾਂ ਦੀ ਬਖਸ਼ਿਸ਼ ਸਦਕਾ ਆਇਆ ਉਹਨਾਂ ਨੇ ਹੀ ਮਨੁੱਖਾ ਦੇ ਮਨਾਂ ਦੇ ਵਿੱਚ ਵਿਚਾਰੇ ਪਾ ਦਿੱਤੇ ਕਿ ਇਹ ਕੋਰੀਡੋਰ ਖੁੱਲਣਾ ਚਾਹੀਦਾ ਹੈ ਤੇ ਮੈਂ ਆਸ ਕਰਦਾ ਹਾਂ ਕਿ ਉਹਨ ਵਾਲੇ ਸਮੇਂ ਵਿੱਚ ਸਾਰੇ ਗੁਰਦੁਆਰਾਂ ਸਿੱਖ ਸੰਗਤਾਂ ਲਈ ਖੋਲ ਦਿੱਤੇ ਜਾਣਗੇ ਜਿਸ ਤਰ੍ਹਾਂ ਇੰਡੀਆ ਤੋਂ ਅਸੀਂ ਨੇਪਾਲ ਜਾ ਸਕਦੇ ਹਾਂ ਬਿਨਾਂ ਵੀਜੇ ਉਸੇ ਤਰ੍ਹਾਂ ਇੱਕ ਮੌਕਾ ਆਏਗਾ ਵੀ ਇੰਡੀਆ ਤੋਂ ਅਸੀਂ ਪਾਕਿਸਤਾਨ ਗੁਰਦੁਆਰਾਂ ਨਿਕਾਣਾ ਸਾਹਿਬ ਪੰਜਾ ਸਾਹਿਬ ਉੱਥੇ ਹਰ ਜਗ੍ਹਾ ਤੇ ਜਾ ਸਕਦੇ ਹਾਂ ਇਸ ਵੰਦ ਵਿੱਚ ਮੈਂ ਸਭੂਚੀ ਸਾਧ ਸੰਗਤ ਨੂੰ ਵਧਾਈ ਦੇਣਾ ਤੇ ਗੁਲਾਟੀ ਜੀ ਹੁਣ ਕੀ ਪ੍ਰੋਗਰਾਮ ਅਸੀਂ ਸਮਝ ਸਕਦੇ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਦੋਵੇਂ ਮੁਲਕਾਂ ਨੇ ਸ਼ੁਰੂਆਤ ਕੀਤੀ ਤੁਸੀਂ ਅਮਰੀਕਾ ਦੇ ਵਿੱਚ ਵੱਸਦੇ ਹੋ ਸੰਗਤਾਂ ਦੇ ਲਈ ਆਉਣ ਵਾਲੇ ਸਮੇਂ ਦੇ ਵਿੱਚ 550 ਪ੍ਰਕਾਸ਼ਪੁਰ ਗੁਰੂ ਨਾਨਕ ਦਰਬਾਰ ਗੁਰਨਾਨਕ ਨਾਮ ਲੈਵਾ ਸੰਗਤ ਅੱਤੇ ਪਹੁੰਚਦੀ ਹੈ ਕੀ ਕੁਝ ਉਪਰਾਲੇ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਕਰੋਗੇ ਵਾਗਣੀ ਜੀ ਕਾ ਖਾਰ ਸਵਾੜੀ ਜੀ ਫਤ ਸਾਨੂੰ ਇਹ ਜੋ 550 ਆਵਾਸਾਲ ਦਾ ਇੱਕ ਵੱਡਾ ਤੋਹਫਾ ਹੈ ਜੋ ਪਾਕਿਸਤਾਨ ਗਵਰਨਮੈਂਟ ਨੇ ਤੇ ਇੰਦਸਾਨ ਗਵਰਨਮੈਂਟ ਨੇ ਰਲ ਕੇ ਦਿੱਤਾ ਹੈ ਆਲਾਨ ਕਿ ਅਸੀਂ ਅਫਗਾਨੀ ਸਿੱਖ ਅੱਜ ਤੋ ਤਕਰੀਬਨ 50 ਸਾਲ ਪਹਿਲੇ ਈ ਤੋਂ ਹੀ ਅਸੀਂ ਪਾਕਿਸਤਾਨ ਬਾਈ ਰੋਡ ਆਂਦੇ ਜਾਂਦੇ ਰਹਿਆ ਨਨਕਾਣਾ ਸਾਹਿਬ ਦੇ ਦਰਸ਼ਨ ਪੰਜਾ ਸਾਹਿਬ ਦੇ ਦਰਸ਼ਨ ਡੇਰਾ ਸਾਹਿਬ ਦੇ ਦਰਸ਼ਨ ਪਾਈ ਜੋਗਾ ਗੁਰਦੁਆਰਾ ਪਾਈ ਜੋਗਾ ਸਿੰਘ ਜੀ ਦਰਸ਼ਨ ਕਰਦੇ ਆਇਆ ਕਰਤਾਰਪੁਰ ਵੀ ਗਏ ਆ ਪਰ ਇਹ ਇੱਕ ਜੋ ਹਰਦਾਸਾਂ ਨੇ ਕਿ ਸਮੂਹ ਸਾਧ ਸੰਗਤ واسੇ ਦਰਵਾਜ਼ੇ ਖੁੱਲਣ ਔਰ ਇਹ ਜੋ ਖੁੱਲਿਆ ਸਾਰੇ ਵਧਾਈ ਦੇ ਪਾਤਰ ਹਨ ਔਰ ਅਸੀਂ ਕੋਸ਼ਿਸ਼ ਇਹ ਕਰਾਂਗੇ ਜੋ ਵੀ ਸੰਗਤ ਇਥੇ ਆਉਂਦੀ ਹੈ ਲਾਂਗ ਲੈਂਡ ਜੋ ਵੀ ਪੰਜਾਬੀ ਸੰਗਤ ਹੋਰ ਗੁਰੂ ਨਾਨਕ ਨਾਮ ਲੈਵਾ ਹੈ ਸਿਰਫ ਸਿੱਖਾਂ ਦੀ ਗੱਲ ਨਹੀਂ ਹੈ ਬਲਕਿ ਜੋ ਸੈਜ ਧਾਰੀ ਸਖ ਨੇ ਜੋ ਸਿੰਧੀ ਸਿੱਖ ਨੇ ਉਹਨਾਂ ਦਾ ਵੀ ਬਹੁਤ ਹੀ ਇੱਕ ਮੰਗ ਸੀ ਅਰਦਾਸ ਕਰਦੇ ਸੀ ਕਿ ਅਸਲ ਕਦੋਂ ਇਹ ਮੌਕਾ ਬਰਾਬਰ ਆਏਗਾ ਜਾਂ ਕਿ ਅਸੀਂ ਜਾਵਾਂਗੇ ਕਰਤਾਰਪੁਰ ਤੇ ਪਾਕਿਸਤਾਨ ਦੇ ਗੁਰਦੁਆਰਿਆਂ ਦੇ ਦੇਖਭਾਲ ਦਰਸ਼ਨ ਕਰਾਂਗੇ ਸੋ ਇਹ ਬੜੀ ਖੁਸ਼ੀ ਦੀ ਗੱਲ ਹੈ ਅਸੀਂ ਸਭ ਨੂੰ ਸਾਰੀ ਸਿੱਖ ਕੌਮ ਨੂੰ ਬਹੁਤ ਬਧਾਈ ਦਿੰਦੇ ਆਂ ਜਿਹੜਾ 400 ਕਿਲੋਮੀਟਰ ਦੂਰ ਦੀ ਮਸਾਫੇ ਨੂੰ ਉਹਨੇ 4 ਕਿਲੋਮੀਟਰ ਕੀਤਾ ਹੈਗਾ ਤੇ ਲੋਕਾਂ ਵਾਸਤੇ ਦਰਸ਼ਨਾ ਕਰਨ ਲਈ ਇਹਨਾਂ ਸੌਖਾ ਕਰ ਦਿੱਤਾ ਅਸੀਂ ਦੋਨੋਂ ਗਵਰਨਮੈਂਟ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਤਹਿ ਦਿਲੋਂ ਅਰਦਾਸਾਂ ਕਰਦੇ ਹਾਂ ਕਿ ਇਹ ਜਿਹੜਾ ਉਪਰਾਲਾ ਹੋਇਆ ਤੇ ਸਦੀਆਂ ਤੱਕ ਚੱਲਦਾ ਰਹੇ ਤੇ ਰਸਤੇ ਖੁੱਲੇ ਰਹਿਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਤੇ ਇਹ ਆਵਾਜ਼ ਦੇਖੋ ਜਿਹੜੀ ਦਿਲ ਤੋਂ ਆ ਰਹੀ ਹੈ ਜੀ ਉਹਨੂੰ ਕੋਈ ਨਹੀਂ ਰੋਕ ਸਕਦਾ ਤੇ ਇੱਥੇ ਹੋਰ ਵੀ ਸੰਗਤ ਮੌਜੂਦ ਹੈਗੀ ਹੈ ਸੰਤ ਪ੍ਰਕਾਸ਼ ਸਿੰਘ ਜੀ ਮੇਰੇ ਨਾਲ ਮੌਜੂਦ ਨੇ ਇਹਨਾਂ ਨੇ ਆਪਣੀ ਪੂਰੀ ਜ਼ਿੰਦਗੀ ਜਿਹੜੀ ਹੈ ਭਾਰਤ ਸਰਕਾਰ ਦੇ ਵਿੱਚ ਰਹਿ ਕੇ ਕੰਮ ਕੀਤਾ ਔਰ ਕਈ ਵੱਡੇ ਮਨਿਸਟਰ ਜਿਹੜੇ ਨੇ ਉਹਨਾਂ ਦੇ ਨਾਲ ਇਹਨਾਂ ਨੇ ਰਲ ਕੇ ਕੰਮ ਕੀਤਾ ਹੁਣ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਜਿਹੜੀ ਹੁਣ ਇਹ ਅਰਦਾਸ ਕਬੂਲ ਹੋਈ ਹੈ ਉਹ ਕੀ ਕਹਿਣਾ ਚਾਹੁੰਦੇ ਹਨ ਵੈਗਲੂ ਜੀ ਕਾ ਖਾਲਸਾ ਵੈਗਲੂ ਜੀ ਕੀ ਫਤਿਹ ਦਾਸ ਸਭ ਤੋਂ ਪਹਿਲੇ ਦਾ ਇਹ ਕਹਿਣਾ ਚਾਹੁੰਦਾ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਨਰਿੰਦਰ ਮੋਦੀ ਅਤੇ ਇਮਰਾਨ ਖਾਨ ਦੋਨਾਂ ਨੂੰ ਸੋਝੀ ਪਾਈ ਹੈ ਕਿ ਇਹ ਕੋਰੀਡੋਰ ਨੂੰ ਖੋਲੋ ਔਰ ਆਪਣੀ ਆਪਣੇ ਸਾਧ ਸੰਗਤ ਨੂੰ ਦਰਸ਼ਨ ਦਿਓ ਜਿਹੜੇ ਕਈ ਸਾਲਾਂ ਤੋਂ ਵਾਂਝੇ ਹੋਏ ਸਨ ਲੋਕੀ ਦੂਰੋਂ ਵੀ ਤੋਂ ਦੇਖ ਦੇ ਦੇਖ ਦੇ ਕੇ ਦਰਸ਼ਨ ਕਰਦੇ ਸਨ ਸੋ ਮੈਂ ਬਹੁਤ-ਬਹੁਤ ਖੁਸ਼ ਹਾਂ ਸਾਰੇ ਸਿੱਖ ਕੌਮ ਨੂੰ ਅਤੇ ਆਪਣੇ ਗੁਰੂ ਨਾਨਕ ਦੇ ਭਗਤਾਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਵਾਂ ਕਿ ਉਹ ਬਾਰ ਬਾਰ ਕੋਰੀਡੋਰ ਚ ਜਾਣ ਦਰਸ਼ਨ ਕਰਨ ਤੇ ਗੁਰੂ ਨਾਨਕ ਜਿਨੇ ਜਿਨ੍ਹਾਂ ਨੇ ਸਿੱਖਾਂ ਮੁਸਲਮਾਨਾਂ ਹਿੰਦੂਆਂ ਸਾਰਿਆਂ ਦਾ ਪਾਈਚਾਲਾ ਇਕੱਠਾ ਕੀਤਾ ਔਰ ਇੱਕ ਐਸੀ ਤੰਜਿਵਾਰ ਬਣਾਈ ਜਿਹੜੀ ਅੱਜ ਦੁਨੀਆ ਚ ਇਕ ਮਿਸਾਲ ਬਣੀ ਹੋਈ ਹੈ ਕੀ ਬਾਤ ਹੈ ਜੀ ਮਿਸਾਲ ਬੜੀ ਹੋਈ ਹੈ ਇਸ ਮਿਸਾਲ ਨੂੰ ਲੈ ਕੇ ਜਜ਼ਬਾਤ ਨਜ਼ਰ ਆ ਰਹੇ ਨੇ ਸੰਗਤ ਜੀ ਦੇਖ ਲਓ ਤੁਸੀਂ ਆਪ ਇਹ ਉਹ ਜਜ਼ਬਾਤ ਨੇ ਜੋ ਲੋਕਾਂ ਦੇ ਨਿਕਲ ਕੇ ਸਾਹਮਣੇ ਆ ਰਹੇ ਔਰ ਮੇਰੇ ਨਾਲ ਹੋਰ ਵੀ ਸੰਗਤ ਮੌਜੂਦ ਹੈ ਜਾਣਨ ਦੀ ਕੋਸ਼ਿਸ਼ ਕਰਦੇ ਆ ਉਹ ਕੀ ਕੁਝ ਕਹਿਣਾ ਚਾਹੁੰਦੇ ਹਨ ਸਸੀ ਕਾਲ ਜੀ ਤੁਹਾਡਾ ਨਾਮ ਕਾਲ ਜੀ ਰਮੇਸ਼ ਚੰਦ ਕਪੂਰ ਇਹ ਬੜੀ ਵਾਰੀ ਇਤਿਹਾਸ ਦੀ ਗੱਲ ਹੈ ਬੜੀ ਖੁਸ਼ਕਿਸਮ ਗੱਲ ਹੈ ਅਸਾਂ ਸਾਰਿਆਂ ਨੂੰ ਬੜਾ ਅੱਛਾ ਇਫਤਖਾਰ ਆਉਂਦਾ ਪਿਆ ਸਾਨੂੰ ਬੜਾ ਇਸ 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 ਮਿਸਰਕਾਰ ਬੜੀ ਖੁਸ਼ੀ ਆਉਂਦੀ ਰਹੋਗੇ ਕਰਤਾਰਪੁਰ ਰਮੇਸ਼ ਜੀ ਬਿਲਕੁਲ ਜਾਵਾਂਗੇ ਅਸੀਂ ਗੁਰਮਾਰਿਵਾਰ ਸਮੇਂ ਜਾਊਂਗਾ ਗੁਰਮਾਰਿਵਾਰ ਸਮੇਂ ਜਾਏਗੇ ਗੁਰਨਾਨਕ ਦੀ ਮੇਰੋਈ ਤਾਂ ਅਸੀਂ ਅਗਲੇ ਸਾਲ ਹੀ ਜਾਏ ਸੀ ਸੰਗਤ ਹੋਰ ਕੀ ਕੁਝ ਆਪਣੇ ਪ੍ਰਤੀਕਰਮ ਇਸ ਮੁਤਲਕ ਦੇਣਾ ਚਾਹੁੰਦੀ ਹੈ ਇਸ ਸਫਰ ਦੇ ਵਿੱਚ ਸਾਂਝੇ ਮਸਲੇ ਦੇ ਵਿੱਚ ਸ਼ੁਰੂਆਤ ਹੋਈ ਹੈ ਕਰਤਾਰਪੁਰ ਲਾਂਗੜੇ ਲੈ ਕੇ ਔਰ ਅੰਜਾਮ ਵੀ ਦੇਵਾਂਗੇ ਕਰਤਾਰਪੁਰ ਲਾਂਗੜੇ ਲੈ ਕੇ ਮੈਂ ਸਿਗਾ ਹਰਕੀਰਤ ਸਿੰਘ ਆਲੂ ਵਾਲੀਆ ਬਣੇ ਰਹੋ ਮੇਰੇ ਨਾਲ ਹਾਂਜੀ ਸਫਰ ਦੇ ਵਿੱਚ ਅਸੀਂ ਲਗਾਤਾਰ ਸਾਂਝੇ ਮਸਲੇ ਦੇ ਵਿੱਚ ਵੌਇਸ ਆਫ ਐਨ ਆਰ ਆਈ ਦੇ ਵਿੱਚ ਦਿਖਾਉਣ ਦੀ ਤੁਹਾਨੂੰ ਕੋਸ਼ਿਸ਼ ਕਰ ਰਹੇ ਹਾਂ ਜੀ ਕਿ ਕਰਤਾਰਪੁਰ ਲਾਂਘੇ ਨੂੰ ਲੈ ਕੇ ਜੋ ਇੱਕ ਮੁਹਿੰਮ ਸ਼ੁਰੂ ਹੋਈ ਹੈ ਉਹਨੂੰ ਲੈ ਕੇ ਅਮਰੀਕਾ ਦੇ ਵਿੱਚ ਵਜੀ ਜਿਹੜੀ ਸੰਗਤ ਹੈ ਉਹ ਕੀ ਕੁਝ ਕਹਿਣਾ ਚਾਹੁੰਦੀ ਹੈ ਤੇ ਮੇਰੇ ਨਾਲ ਤੁਸੀਂ ਵੇਖ ਸਕਦੇ ਹੋ ਕਿ ਇੱਕ ਸੱਚਾ ਸੌਦਾ ਜਿਹੜਾ ਉਹ ਗੁਰੂ ਨਾਨਕ ਦੇਵ ਜੀ ਨੇ ਕੀਤਾ ਸੀਗਾ ਜਦ ਉਹਨਾਂ ਨੂੰ ਘਰਦਿਆਂ ਨੇ ਇੱਕ ਵਪਾਰ ਕਰਨ ਦੇ ਲਈ ਪੈਸੇ ਦੇ ਕੇ ਭੇਜੇ ਸਨ ਤੇ ਉਹਨਾਂ ਨੇ ਜਾ ਕੇ ਸਾਰੇ ਗਰੀਬਾਂ ਨੂੰ ਲੰਗਰ ਚੁਕਾਇਆ ਸੀ ਉਹ ਪ੍ਰਥਾ ਉਸ ਟਾਈਮ ਤੋਂ ਲੈ ਕੇ ਅੱਜ ਤੱਕ ਚਲਦੀ ਹੋਈ ਆ ਰਹੀ ਹੈ ਭਾਵੇਂ ਉਹ ਪਾਠ ਦੀ ਧਰਤੀ ਹੋਵੇ ਪਾਵੇਂ ਉਹ ਵਿਦੇਸ਼ਾਂ ਦੇ ਵਿੱਚ ਕੋਈ ਵੀ ਮੁਲਕ ਹੋਵੇ ਚਾਹੇ ਉਹ ਕੈਨੇਡਾ ਹੋਵੇ ਇੰਗਲੈਂਡ ਹੋਵੇ ਅਮਰੀਕਾ ਹੋਵੇ ਤਾਂ ਅਮਰੀਕਾ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਵੀ ਉਹੀ ਪਰੰਪਰਾ ਉਹੀ ਸੇਵਾ ਨਿਭਾਈ ਜਾ ਰਹੀ ਹੈ ਲੇਕਿਨ ਕਰਤਾਰਪੁਰ ਲਾਂਗੇ ਨੂੰ ਲੈ ਕੇ ਜਜ਼ਬਾਤ ਕਿਹੜੇ ਨੇ ਦਿਲ ਤੋਂ ਕਿਹਾਂ ਕਿੜੀਆਂ ਗੱਲਾਂ ਸਾਹਮਣੇ ਆ ਰਹੀਆਂ ਹਨ ਉਹ ਜਾਣਾਂ ਦੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਜੀ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਨਾਮ ਸਸੀਵਰ ਮੇਰਾ ਨਾਮ ਜੀ ਰਾਜ ਤੇ ਇਹ ਜੋ ਉਪਰਾਲਾ ਕੀਤਾ ਗਿਆ ਬਹੁਤ ਵਧੀਆ ਹੈ ਜਿਹੜੇ ਕਿ ਅਸੀਂ ਕਈ ਛਲਾਂ ਤੋਂ ਅਦਾ ਸੰਗਤ ਦੇ ਸੀਗੇ ਕਿ ਗੁਰੂ ਸਾਹਿਬ ਦੇ ਗੁਰਦੁਆਰਿਆਂ ਦੇ ਦਰਸ਼ਨ ਦੇਦਾਰੇ ਹੋਣ ਤੇ ਉਹ ਉਹ ਵਾਸਤੇ ਉਪਰਾਲਾ ਬਹੁਤ ਵਧੀਆ ਕੀਤਾ ਹੈ ਭਾਵੇਂ ਦੋ ਖਿਡਾਰੀਆਂ ਨੇ ਕੀਤਾ ਇਹਨੂੰ ਸਿਆਸਤ ਦੇ ਨਾਲ ਲਿਆ ਜਾਏ ਤੇ ਬਲਕਿ ਇੱਕ 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 ਗੁਰਦੁਆਰੇ ਦੇ ਦਰਸ਼ਨ ਵਾਸਤੇ ਸੰਗਤ ਦੇ ਮੁਤਲਕ ਦੇਖਿਆ ਜਾਏ ਤਾਂ ਬਹੁਤ ਵਧੀਆ ਉਪਰਾ ਲੈ ਜੀ ਸਿਆਸਤ ਨਹੀਂ ਹੋਣੀ ਚਾਹੀਦੀ ਸਿਆਸੀ ਫੁੱਲ ਕੇ ਨਹੀਂ ਸੇਕਨੇ ਚਾਹੀਦੇ ਸਿਆਸੀ ਫੁੱਲ ਕੇ ਸੇਕਣ ਦੀ ਗੱਲ ਬਰਦਾਸ਼ਤ ਨਹੀਂ ਹੋ ਰਹੀ ਸੰਗਤ ਨੂੰ ਤੁਸੀਂ ਖੋਲਿਆ ਲੰਗਾ ਬਹੁਤ ਵੱਡੀ ਮਹਿੰਮ ਸ਼ੁਰੂ ਕੀਤੀ ਹੈ ਬਹੁਤ ਵੱਡੀ ਗੱਲ ਹੈ ਲੇਕਿਨ ਸਿਆਸੀ ਰੋਟੀ ਆ ਨਾਸੇ ਕੋ ਮੇਰੇ ਨਾਲ ਗਿਆਨੀ ਜੀ ਮੌਜੂਦ ਹਨ ਜਾਣਨ ਦੀ ਕੋਸ਼ਿਸ਼ ਕਰਦੇ ਆ ਉਹ ਕੀ ਕੁਝ ਆਪਣੇ ਵਿਚਾਰ ਮੇਰੇ ਨਾਲ ਸਾਂਝੇ ਕਰਨਾ ਚਾਹੁੰਦੇ ਹਨ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਨਾਮ ਔਰ ਕੀ ਕੁਝ ਪ੍ਰਤੀਗ੍ਰਹਿਮ ਆਪਣੇ ਦੇਣਾ ਚਾਹੁੰਗੇ ਭਾਈ ਖਾਲਸਾ ਭਾਈ ਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਮੈਂ ਗੁਰੂ ਨਾਨਕ ਨਾਮ ਲੈਵਾ ਸਿੱਖ ਸੰਗਤਾਂ ਔਰ ਦੂਰ ਦਰਾਡੇ ਵੱਸਣ ਵਾਲੇ ਦੇਸ਼ਾਂ ਵਿਦੇਸ਼ਾਂ ਵਿੱਚ ਗੁਰੂ ਨਾਨਕ ਸਾਹਿਬ ਦੇ ਸਿੱਖ ਤੇ ਗੁਰੂ ਨਾਨਕ ਸਾਹਿਬ ਦੇ ਘਰ ਵਿੱਚ ਆਸਥਾ ਰੱਖਣ ਵਾਲੇ ਸਾਰਿਆਂ ਨੂੰ ਬਹੁਤ ਬਹੁਤ ਵਧਾਈ ਦਿਨਾ ਇਸ ਸਮੇਂ ਦੇ ਉੱਪਰ ਜਦੋਂ ਗੁਰੂ ਸਾਹਿਬ ਦੀ ਕਿਰਪਾ ਹੋਈ ਇਧਰੋਂ ਹਿੰਦੁਸਤਾਨ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਔਰ ਉਧਰ ਪਾਕਿਸਤਾਨ ਦੇ ਵਜ਼ੀਰ-ਏ-ਆਜ਼ਮ ਦੇ ਉਹਨਾਂ ਦੇ ਉਦਮ ਦੇ ਸਦਕਾ ਇਹ ਲਾਂਘਾ ਖੁੱਲਿਆ ਹੈ ਇਤਿਹਾਸ ਕਹ ਲੋ ਗੁਰੂ ਨਾਨਕ ਸਾਹਿਬ ਮਹਾਰਾ ਸੱਚੇ ਪਾਤਸ਼ਾਹ 10 ਪਾਤਸ਼ਾਹੀਆਂ ਦੇ ਰੂਪ ਵਿੱਚ ਜਦੋਂ ਜਗਤ ਵਿੱਚ ਵਿਛਰੇ 239 ਬਹੜਾ ਬਣਦਾ ਹੈ ਗੁਰੂ ਕਲਗੀਧਰ ਪਿਤਾ ਜਦੋਂ ਸਨ 1718 ਦੇ ਵਿੱਚ ਗੁਰੂ ਗ੍ਰੰਥ ਸਾਹਿਬ ਨੂੰ ਗੱਦੀ ਦੇ ਕੇ ਗਏ ਸੰਸਾਰ ਦੇ ਵਿੱਚੋਂ ਸਰੀਰਕ ਰੂਪ ਵਿੱਚ ਗਏ ਉਸ ਤੋਂ ਬਾਅਦ ਸਨ 47 ਤੱਕ ਫਿਰ 239 ਬਹੜਾ ਬਣਦਾ ਹੈ ਜਦੋਂ ਦੇਸ਼ ਦੋ ਹਿੱਸਿਆਂ 'ਚ ਵੰਡਿਆ ਗਿਆ ਸੋ ਗੁਰੂ ਨਾਨਕ ਸਾਹਿਬ ਦਾ ਜਿਹੜਾ ਬਹੁਤ ਵੱਡਾ ਕਨਸੈਪਟ ਹੈ ਸਰਬੱਤ ਦੇ ਭਲੇ ਦਾ ਜੋ ਸੰਦੇਸ਼ ਮਹਾਰਾਜ ਨੇ ਦਿੱਤਾ ਉਸੇ ਕਨਸੈਪਟ ਦੇ ਵਿੱਚੋਂ ਇੱਕ ਇਹ ਫੈਸਲਾ ਹੈ ਜਿਹਨੂੰ ਆਪਾਂ ਕਹਿ ਸਕਦੇ ਹਾਂ ਸਰਬੱਤ ਦਾ ਭਲਾ ਸਾਨੂੰ ਸਿਆਸਤ ਤੋਂ ਉੱਚਿਆਂ ਉੱਠ ਕੇ ਔਰ ਆਪਸ ਵਿੱਚ ਭਾਈਵਾਲਤਾ ਸਾਂਝੀਵਾਲਤਾ ਦਾ ਉਪਦੇਸ਼ ਇਹਦੇ ਵਿੱਚੋਂ ਨਿਕਲੇਗਾ ਕਿਉਂਕਿ ਗੁਰੂ ਨਾਨਕ ਸਾਹਿਬ ਸਰ ਦੇ ਸਭ ਦੇ ਸਾਂਝੇ ਨੇ ਉਹ ਮੁਸਲਮਾਨਾਂ ਦੇ ਪੀਰ ਹਿੰਦੂਆਂ ਦੇ ਗੁਰੂ ਸੱਚੇ ਪਾਤਸ਼ਾਹ ਰਹਿਮਤ ਕਰੇ ਲਾਂਗਾ ਖੁੱਲਿਆ ਸਾਰੀਆਂ ਸੰਗਤਾਂ ਦੇ ਵਿੱਚ ਬਹੁਤ ਉਤਸ਼ਾਹ ਹੈ ਇਸ ਲਾਂਗੇ ਦੇ ਖੁੱਲਣ ਕਰਕੇ ਔਰ ਸੰਗਤਾਂ ਬੜੇ ਚਾਹ ਨਾਲ ਜਾਣ ਗਈਆਂ ਦਰਸ਼ਨ ਕਰਨ ਵਾਸਤੇ ਮੈਂ ਇਹ ਤੇ ਕਵਾਂਗਾ ਛੇਵਾਂ ਤਖਤ ਸਾਡਾ ਕਰਤਾਰਪੁਰ ਸਾਹਿਬ ਬਣਨਾ ਚਾਹੀਦਾ ਇਹਨਾਂ ਨੂੰ ਛੇਵਾਂ ਤਖਤ ਕਰਤਾਰਪੁਰ ਸਾਹਿਬ ਬਣਾ ਚਾਹੀਦਾ ਇੱਕ ਇਹ ਵੀ ਆਵਾਜ਼ ਹੁਣ ਸੰਗਤ ਵੱਲੋਂ ਆ ਰਹੀ ਹੈ ਕਿ ਪਹਿਲਾਂ ਪੰਜ ਤਖਤ ਸਾਹਿਬ ਸੀਗੇ ਜੋ ਕਿ ਭਾਰਤ ਦੇ ਵਿੱਚ ਨੇ ਹੁਣ ਇੱਕ ਤਖਤ ਜਿਹੜਾ ਉਹ ਕਰਤਾਰਪੁਰ ਸਾਹਿਬ ਯਾਨੀ ਕਿ ਜਿਹੜਾ ਪਾਕਿਸਤਾਨ ਦੇ ਵਿੱਚ ਹੈ ਉਹ ਬਣਨਾ ਚਾਹੀਦਾ ਇੱਕ ਨਵੀਂ ਆਵਾਜ਼ ਇਹ ਵੀ ਸੁਣਨ ਨੂੰ ਸਾਨੂੰ ਮਿਲ ਰਹੀ ਹੈ ਸਾਡੇ ਨਾਲ ਗੁਰਦੁਆਰੇ ਮੈਨੇਜਮੈਂਟ ਦੀ ਜਿਹੜੇ ਪ੍ਰੈਜ਼ੀਡੈਂਟ ਹਨ ਉਹ ਵੀ ਇਸ ਟਾਈਮ ਸਾਡੇ ਨਾਲ ਮੌਜੂਦ ਹਨ ਮੋਹਨ ਸਿੰਘ ਜੀ ਖੁਰਾਨਾ ਸਾਡੇ ਨਾਲ ਪਹੁੰਚ ਚੁੱਕੇ ਨੇ ਉਹਨਾਂ ਦਾ ਵੀ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਕਰਤਾਰਪੁਰ ਲਾਂਗਾ ਇੱਕ ਅਰਦਾਸ ਸੀਗੀ ਜਿਹੜੀ ਕਬੂਲ ਹੋਈ ਆ ਹੁਣ ਕਬੂਲ ਹੋਈ ਹੈ ਕਿ ਨਹੀਂ ਹੋਈ ਪਹਿਲਾਂ ਤੁਸੀਂ ਕੀ ਕਹਿਣਾ ਚਾਹੋਗੇ ਜ਼ਰੂਰ ਹੋਈ ਜੀ ਜ਼ਰੂਰ ਹੋਈ ਜੀ ਅਸਮੇ ਕਾਲਾ ਛੱਡਾਂਗਾ ਬੋਲੇ ਸੋਨਿਆ ਹਾਲ ਸਤਿ ਸ੍ਰੀ ਅਕਾਲ ਇਹ ਸਾਰਾ ਬੜੀ ਖੁਸ਼ੀ ਦੀ ਗੱਲ ਦੀ ਕਿ ਕਿਤਾਬ ਉਹ ਬੜੇ ਸਾਰਾਂ ਬਾਅਦ ਸਾਨੂੰ ਸੰਭਲ ਹੋ ਗਈ ਸੀ ਕਿ ਖੁੱਲ ਜਾਏਗਾ ਅੱਜ ਖੁੱਲ ਗਿਆ ਹੈ ਸਾਨੂੰ ਬੜੀ ਖੁਸ਼ੀ ਹੈ ਹਰਜੀਤ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤੁਹਾਡੇ ਕੀ ਵਿਚਾਰ ਨੇ ਜਿਹੜੇ ਹੁਣ ਇਹ ਮੁਹਿੰਮ ਸ਼ੁਰੂ ਹੋਈ ਮੇਰਾ ਵਿਚਾਰ ਹੈ ਕਿ ਇਹ ਬੜਾ ਸੋਹਣਾ ਕਦਮ ਹੈ ਜਿਹੜਾ ਕਿ ਅਸੀਂ ਬਚਪਨ ਤੋਂ ਸ਼ਾਇਦ ਮੈਂ 12 ਸਾਲ ਦੀ ਸੀ ਜਦੋਂ ਮੈਂ ਦਰਸ਼ਨ ਕੀਤੇ ਸੀ ਤੇ ਅੱਜ ਮੇਰਾ ਮਨ ਕਰ ਰਿਹਾ ਕਿ ਮੈਂ ਉੱਡ ਕੇ ਉੱਥੇ ਪਹੁੰਚ ਜਾਵਾਂ ਬਸ ਸਸਕਲ ਜੀ ਕੀ ਕਹਿਣਾ ਚਾਹੋਗੇ ਤੁਸੀਂ ਕਰਤਾਰਪੁਰ ਲਾਂਘੇ ਬਾਰੇ ਸਾਨੂੰ ਵੀ ਬਹੁਤ ਬਹੁਤ ਖੁਸ਼ੀ ਹੋਈ ਹੈ ਕਿ ਕਰਤਾਰਪੁਰ ਸੈਪ ਖੁੱਲਿਆ ਹੈ ਸਾਡਾ ਦਿਲ ਕਰਦਾ ਕਿ ਅਸੀਂ ਜਾਈਏ ਦਰਸ਼ਨ ਕਰਨ ਲਈ ਜਦੋਂ ਮੌਕਾ ਮਿਲੇ ਅਸੀਂ ਜ਼ਰੂਰ ਜਾ ਕੇ ਦਰਸ਼ਨ ਕਰਾਂਗੇ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਵਜ਼ੀਰ ਆਜ਼ਮ ਪਾਕਿਸਤਾਨ ਦੇ ਇਮਰਾਨ ਖਾਨ ਨੂੰ ਇੱਥੇ ਥੈਂਕਸ ਜਿਹੜਾ ਹੈ ਉਹ ਵੀ ਸੰਗਤ ਵੱਲੋਂ ਕਿਹਾ ਜਾ ਰਿਹਾ ਹੈ ਤੇ ਇਹਨਾਂ ਦੇ ਵਿਚਾਰ ਹਨ ਕਿ ਜਿਵੇਂ ਹੀ ਇਹ ਲਾਂਗਾ ਖੁੱਲਦਾ ਅਸੀਂ ਸਭ ਤੋਂ ਪਹਿਲਾਂ ਦਰਸ਼ਨ ਕਰਕੇ ਆਵਾਂਗੇ ਭਾਵੇਂ ਆਪਸੀਂ ਅਮਰੀਕਾ ਦੇ ਵਿੱਚ ਵਸਦੇ ਆ ਲੇਕਿਨ ਜਾਵਾਂਗੇ ਔਰ ਦਰਸ਼ਨ ਕਰਕੇ ਜਰੂਰ ਆਵਾਂਗੇ ਇਹ ਜਿਹੜੇ ਸਾਡੇ ਸਿੱਖ ਸੰਗਤ ਦੇ ਜਿਹੜੇ ਪਵਿੱਤਰ ਗੁਰਤਾਂ ਸੀ ਇਹ ਸਿੱਖਾਂ ਦੀ ਸੌਖੀ ਪਹੁੰਚ ਤੋਂ ਦੂਰ ਸੀਗੇ ਇਹ ਸਾਡੀ ਜਿਹੜੀ ਸਿੱਖ ਸੰਗਤ ਨਿਤ ਅਰਦਾਸ ਕਰਦੀ ਸੀ ਦਰਸ਼ਨ ਦੀਦਾਰੇ ਦੇ ਉਹ ਸਾਡੀ ਜਿਹੜੀ ਅਰਦਾਸ ਹੈ ਉਹ ਪੂਰੀ ਹੋਈ ਹੈ ਤੇ ਇਸ ਤੋਂ ਵੀ ਇਸ ਦੀ ਬਹੁਤ ਵੱਡੀ ਖੁਸ਼ੀ ਹੈ ਇਸ ਤੋਂ ਵੀ ਵੱਡੀ ਖੁਸ਼ੀ ਇਹ ਹੈ ਕਿ ਬਾਬਾ ਨਾਨਕ ਜੀ ਨੇ ਜਿਹੜਾ ਸਾਨੂੰ ਮਨੁੱਖਤਾ ਨੂੰ ਕੀਰਤ ਕਰਨ ਦਾ ਸਨੇਹਾ ਦਿੱਤਾ ਸੀ ਉਸ ਕੀਰਤਨ ਵਾਲੇ ਇਹ ਪਵਿੱਤਰ ਸਥਾਨ ਜੁੜਿਆ ਹੋਇਆ ਹੈ ਉੱਥੇ ਬਾਬਾ ਜੀ ਨੇ ਖੇਤੀ ਕੀਤੀ ਕੀਰਤ ਕੀਤੀ ਤੇ ਜਿਹੜਾ ਮਨੁੱਖਤਾ ਨੂੰ ਸਨੇਹਾ ਦਿੱਤਾ ਹੈ ਕੀਰਤ ਕਰਨ ਦਾ ਕੰਮ ਕਰਨ ਦਾ ਉਹਨਾਂ ਨੂੰ ਪਤਾ ਸੀ ਕਿ ਕੀਰਤੀ ਮਨੁੱਖੀ ਅਸਲ ਵਿੱਚ ਧਾਰਮਿਕ ਮਨੁੱਖ ਹੋ ਸਕਦਾ ਹੈ ਇਹ ਬਾਬਾ ਜੀ ਦਾ ਜਿਹੜਾ ਸਨੇਹਾ ਹੈ ਇਹ ਬਹੁਤ ਉਹਨਾਂ ਨੇ ਕੀਰਤ ਕਰਨ ਦਾ ਸਨੇਹਾ ਹੀ ਉੱਥੋਂ ਦਿੱਤਾ ਸਾਨੂੰ ਉਸ ਕੱਲ ਨੂੰ ਅਮਲੀ ਜਾਮਾ ਜਿਹੜਾ ਹੁਣ ਸੰਗਤ ਕਹਿ ਰਹੀ ਹੈ ਪਹਿਨਣਾ ਚਾਹੀਦਾ ਜਿਹੜਾ ਕਿਰਤ ਕਰਨ ਦਾ ਸੁਨੇਹਾ ਦਿੱਤਾ ਗਿਆ ਸੀਗਾ ਗੁਰੂ ਨਾਨਕ ਦੇਵ ਜੀ ਵੱਲੋਂ ਉਹੀ ਪੈਗਾਮ ਜਿਹੜਾ ਵਿਸ਼ਵ ਭਰ ਦੇ ਵਿੱਚ ਪਹੁੰਚਣਾ ਚਾਹੀਦਾ ਹੈ ਤੁਹਾਡਾ ਨਾਮ ਜੀ ਹਰਪਾਲ ਸਿੰਘ ਰਾਣਾ ਰਾਣਾ ਜੀ ਕੀ ਵਿਚਾਰ ਤੁਸੀਂ ਸਾਂਝੇ ਕਰਨਾ ਚਾਹੋਗੇ ਸੰਗਤ ਨੂੰ ਕੀ ਕੁਝ ਕਹਿਣਾ ਚਾਹੋਗੇ ਇਸ ਤੇ ਸੰਗਤ ਨੂੰ ਬਹੁਤ ਬਹੁਤ ਵਧਾਈ ਬਹੁਤ ਵੱਡਾ ਉਪਰਾਲਾ ਹੋਇਆ ਜਿਹੜਾ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਕੰ ਦਾ ਲੰਗਰ ਜਿਹੜਾ ਖੁੱਲਿਆ ਸੰਗਤ ਨੂੰ ਅਤੇ ਦੋਨਾਂ ਮਿਲਕਾਂ ਨੂੰ ਪਰਮਾਤਮਾ ਸੁੱਖ ਸ਼ਾਂਤੀ ਤੇ ਠੀਕ ਠਾਕ ਸਾਰਾ ਕੁਝ ਨਿਪਰੇ ਚਣ ਤੇ ਸਿੱਧੂ ਸਾਹਿਬ ਨੂੰ ਵੀ ਜਾਂਦਾ ਪ੍ਰਧਾਨ ਮੰਤਰੀ ਨੂੰ ਵੀ ਜਾਂਦਾ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੂੰ ਵੀ ਜਾਂਦਾ ਸਭ ਨੂੰ ਇਸ ਚੀਜ਼ ਦੀ ਬਹੁਤ ਬਹੁਤ ਵਧਾਈ ਹੋਵੇ ਜਿਹੜੀ ਰਾਣਾ ਸਾਹਿਬ ਕ੍ਰੈਡਿਟ ਲੈਂਡ ਦੀ ਹੋਰ ਚੱਲ ਰਹੀ ਹੈ ਸਿੱਧੂ ਸਾਹਿਬ ਕਹਿੰਦੇ ਨੇ ਕਿ ਮੈਂ ਲਾਂਗਾ ਖੁਲਵਾਇਆ ਨਰਿੰਦਰ ਮੋਦੀ ਕਹਿੰਦੇ ਮੈਂ ਖੁਲਵਾਇਆ ਇਮਰਾਨ ਖਾਨ ਉਹ ਦੁਰਦੀ ਕਹਿੰਦੇ ਨੇ ਕਿ ਅਸੀਂ ਸ਼ੁਰੂਆਤ ਕੀਤੀ ਦੁਰਦੀ ਕਿਰਪਾ ਦੇ ਨਾਲ ਇਹ ਉਹਦੀ ਜਨਰਚ ਉਹਦੀ ਓਟ ਆਸਰਾ ਉਹਦਾ ਹੱਥ ਨਾ ਹੋਵੇ ਕੁਝ ਨਹੀਂ ਹੋ ਸਕਦਾ ਪਤਾ ਨਹੀਂ ਹਿਲ ਸਕਦਾ ਗੁਰੂ ਦੀ ਕਿਰਪਾ ਹੋਈ ਹੈ ਤੇ ਕਹਿਣ ਦਾ ਭਾਵ ਹੈ ਜੀ ਕਿ ਗੁਰੂ ਦੀ ਕਿਰਪਾ ਦੇ ਸਦਕਾ ਇਹ ਜਿਹੜਾ ਹੁਣ ਲਾਂਗਾ ਖੁੱਲਣ ਜਾ ਰਿਹਾ ਹੈ ਇਹ ਗੁਰੂ ਦੀ ਕਿਰਪਾ ਹੋਈ ਹੈ ਇਹਨੂੰ ਲੈ ਕੇ ਸਿਆਸਤ ਨਹੀਂ ਕਰਨੀ ਚਾਹੀਦੀ ਇਹ ਵਾਈ ਗੁਰੂ ਜੀ ਦਾ ਖਾਲਸਾ ਵਾਈ ਗੁਰੂ ਜੀ ਕੀ ਫਤਿਹ ਮੈਂ ਕਾਂਚੀ ਰਾਮ ਕਪੂਰ ਨਿਯਾਰਤੋਂ ਤੇ ਬੋਲਣਾ ਸਾਰੇ ਸਿੱਖ ਭੰਗਾਂ ਨੂੰ ਬਤਾਈ ਦੇਣੇ ਪੈਂ ਜੋ ਕਰਤਾਰ ਸਾਹਿਬ ਦਾ ਗੁਰਦੁਆਰਾ ਗੁਰੂ ਜੀ ਮੇਰ ਦੇ ਨਾਲ ਖੁੱਲ ਗਿਆ ਹੈ ਸਾਰਿਆਂ ਨੂੰ ਬਹੁਤ 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 ਵਾਝਾਈ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਹਿੰਦੇ ਕਿ ਜਿਹੜਾ ਇਹ ਗੁਰੂ ਸੀਗਾ ਇਹ ਨਾ ਕਿ ਸਿਰਫ ਸਿੱਖਾਂ ਦਾ ਗੁਰੂ ਸੀਗਾ ਇੱਕ ਪੈਗੰਬਰ ਸੀਗਾ ਇੱਕ ਫਕੀਰ ਸੀਗਾ ਇਹਨੂੰ ਹਰ ਭਾਈਚਾਰਾ ਮੰਨਦਾ ਅੱਜ ਹਰ ਭਾਈਚਾਰੇ ਦੇ ਜਿਹੜੇ ਇਮੋਸ਼ਨਸ ਹਨ ਉਹ ਸਾਹਮਣੇ ਆ ਰਹੀ ਹੈ ਤੇ ਸੰਗਤ ਜੀ ਤੁਸੀਂ ਖੁਦ ਅੱਜ ਫੈਸਲਾ ਕਰੋ ਇਸ ਪ੍ਰੋਗਰਾਮ ਦੇ ਜ਼ਰੀਏ ਕਿ ਆਖਿਰਕਾਰ ਜਿਹੜੀ ਆਵਾਜ਼ ਹੈ ਜਿਹੜੀ ਵੌਇਸ ਹੈ ਸੰਗਤ ਦੀ ਕੀ ਕਹਿਣਾ ਚਾਹ ਰਹੀ ਹੈ ਔਰ ਕੀ ਕੁਝ ਸੁਨੇਹਾ ਔਰ ਕੀ ਕੁਝ ਪੈਗਾਮ ਉਹ ਦੋਵੇਂ ਮੁਲਕਾਂ ਦੇ ਵਿੱਚ ਭੇਜਣਾ ਚਾਹ ਰਹੀ ਹੈ ਭਾਵੇਂ ਇੱਕ ਮੁਲਕ ਹੋਵੇ ਪਾਕਿਸਤਾਨ ਤੇ ਦੂਜਾ ਮੁਲਕ ਹੋਵੇ ਭਾਰਤ ਲੇਕਿਨ ਆਵਾਜ਼ ਤਾ ਅਮਰੀਕਾ ਦੀ ਧਰਤੀ ਤੋਂ ਸਾਂਝੇ ਮਸਲੇ ਵਾਇਸ ਆਫ ਐਨ ਆਰ ਆਈ ਦੇ ਸਦਕਾ ਤੁਹਾਡੇ ਕੋਲ ਪਹੁੰਚ ਰਹੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਨੂੰ ਕਰਤਾਰਪੁਰ ਲਾਂਘੇ ਦੀ ਬਹੁਤ ਬਹੁਤ ਵਧਾਈ ਹੋਣੀ ਚਾਹੀਦੀ ਆ ਮੈਂ ਇਹ ਕਹਿਣਾ ਚਾਹਨੀ ਆ ਕਿ ਸਿੱਧੂ ਨੇ ਮਤਲਬ ਮਸਲਾ ਠਾਇਆ ਸੀ ਉਹਨੇ ਹੀ ਉਹਨਾਂ ਨੂੰ ਕਿਹਾ ਸੀ ਕਿ ਸਾਨੂੰ ਲਾਂਘਾ ਚਾਹੀਦਾ ਕੁਝ ਧੰਨਵਾਦ ਕਰਨਾ ਚਾਹੋਗੇ ਸਿੱਧੂ ਦਾ ਮੈਂ ਸਿੱਧੂ ਦਾ ਧੰਨਵਾਦ ਕਰਨੀ ਆ ਹੋਰ ਸਾਨੂੰ ਕਿਹੇ ਪੋਲਿਟਿਕਸ ਦਾ ਕੋਈ ਨਹੀਂ ਹੈਗਾ ਸਾਨੂੰ ਜਿਨੇ ਮਸਲਾ ਠਾਇਆ ਵਾ ਜਿਨੇ ਜਾ ਕੇ ਕਿਹਾ ਵਾ ਸਿੱਧੂ ਨੇ ਉਹਦਾ ਨਾਮ ਲੈਣਾ ਬਹੁਤ ਜ਼ਰੂਰੀ ਆ ਲਓ ਜੀ ਨਵਜੋਤ ਸਿੰਘ ਸਿੱਧੂ ਜੀ ਜੇਕਰ ਤੁਸੀਂ ਸੁਣ ਰਹੇ ਹੋ ਇਸ ਪ੍ਰੋਗਰਾਮ ਨੂੰ ਵੇਖ ਰਹੇ ਹੋ ਤਾਂ ਅਮਰੀਕਾ ਦੇ ਵਿੱਚ ਵਸਦੀ ਸੰਗਤ ਵੀ ਤੁਹਾਨੂੰ ਧੰਨਵਾਦ ਕਰ ਰਹੀ ਹੈ ਇੱਕ ਆਵਾਜ਼ ਜਿਹੜੀ ਹੈ ਉਹ ਆਣੀ ਸ਼ੁਰੂ ਹੋ ਗਈ ਹੈ ਕ੍ਰੈਡਿਟ ਜਿਹੜਾ ਆਵੇਂ ਉਹ ਸ਼੍ਰੋਮਣੀ ਆਕਾਲੀ ਦਲ ਕਹਿੰਦੀ ਹੋਵੇ ਭਾਜਪੀ ਕਹਿੰਦੀ ਹੋਵੇ ਚਾਹੇ ਨਵਜੋਤ ਸਿੰਘ ਸਿੱਧੂ ਨੂੰ ਲੈ ਕੇ ਜੋ ਗੱਲ ਹੋ ਰਹੀ ਹੈ ਲੇਕਿਨ ਸੰਗਤ ਕਹਿ ਰਹੀ ਹੈ ਸਾਨੂੰ ਸਿਆਸਤ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਸਾਨੂੰ ਖੁੱਲੇ ਦਰਸ਼ਨ ਦੀਦਾਰ ਨਾਲ ਲੈਣਾ ਦੇਣਾ ਜੋ ਕਿ ਸਾਡੀ ਅਰਦਾਸ ਕabul ਹੋਈ ਹੈ ਸਾਰੀ ਸਿੱਖ ਸੰਗਤ ਨੂੰ ਸਾਰੀ ਕੌਮ ਨੂੰ ਔਰ ਪੂਰੇ ਵਰਲਡ ਵਿੱਚ ਵਸੇ ਸਿੱਖਾਂ ਨੂੰ ਇਸ ਖੁਸ਼ੀ ਦੇ ਮੌਕੇ ਤੇ ਲੱਖ ਲੱਖ ਵਧਾਈਆਂ ਕਰਤਾਰਪੁਰ ਸਾਹਿਬ ਦੇ ਖੁੱਲਣ ਨਾਲ ਇਹ ਜਿਹੜਾ ਨਵਾਂ ਉਹ ਜਿਹੜਾ ਬ੍ਰਿਜ ਕਹਿੰਦੇ ਨੇ ਬਣੇਗਾ ਇਹ ਸਭ ਨਾਲ ਜਿਹੜਾ ਬਹੁਤ 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 ਸਾਹੀ ਸ਼ੁਕਰਗੁਜ਼ਾਰ ਰੱਬ ਦੇ ਔਰ ਐਂਡ ਜਦੋਂ ਪਹਿਲਾ ਸਟੈਪ ਲੈ ਕੇ ਚੱਲੀਏ ਇਹ ਇੱਕ ਅਚੀ ਅਕੰਪਲਿਸ਼ਮੈਂਟ ਲੈ ਕੇ ਚੱਲੀਏ ਕਿਸੇ ਤਰੀਕੇ ਨਾਲ ਵੀ ਦੇਖੀਏ ਬਹੁਤ ਅੱਛੀ ਗੱਲ ਹੈ ਚਾਹੋਗੇ ਤੁਸੀਂ ਹਾਂ ਬਿਲਕੁਲ ਜਈ ਇਹ ਨਹੀਂ ਕਰ ਸਕਦਾ ਇਹ ਰੱਬ ਦੇ ਹੱਥ ਹੈ ਜਦੋਂ ਜਾਣੋਗਾ ਇਸਲੇ ਮੈਂ ਕਹਾਂ ਹਾਂ ਜੀ ਜਾਵਾਂਗਾ ਇਹ ਨਹੀਂ ਸੱਚ ਮੂੰਹ ਚ ਚੂਫਣੀ ਨਹੀਂ ਨਿਕਲ ਸਕਦਾ ਭਾਵੇਂ ਗਲਤੀ ਕੋਸ਼ਿਸ਼ ਕਰੂੰਗੀ ਹਾਂ ਕੋਸ਼ਿਸ਼ ਕੋਸ਼ਿਸ਼ ਕਰ ਸਕਦੇ ਆ ਕਰ ਸਕਦੇ ਆ ਇਸ ਮਾਲਕ ਦੀ ਮਿਹਰ ਤੋਂ ਬਿਨਾ ਕਦੀ ਕੁਝ ਨਹੀਂ ਹੋ ਸਕਦਾ ਉਸ ਬਾਬੇ ਦੀ ਮਿਹਰ ਹੀ ਹੋਈ ਆ ਤੇ 70 ਸਾਲ ਬਾਅਦ ਇਹ ਰਸਤਾ ਖੁੱਲਿਆ ਸਾਨੂੰ ਬਹੁਤ ਖੁਸ਼ੀ ਹੋਈ ਆ ਔਰ ਲੱਖ ਲੱਖ ਵਧਾਈਆਂ ਦਿੰਨੇ ਆ ਸੰਗਤਾਂ ਨੂੰ ਕਿ ਬਾਬਾ ਜੀ ਦੀ ਬਹੁਤ ਮਿਹਰ ਹੋ ਮੇਰ ਹੋਈ ਹੈ ਜੀ ਦੇਖੋ ਇਹ ਮੇਰ ਜਿਹੜੀ ਹੈ बार-बार ਗੱਲ ਸਾਹਮਣੇ ਆ ਰਹੀ ਹੈ ਸਾਂਝੇ ਮਸਲੇ ਦੇ ਵਿੱਚ ਹੋਰ ਵੀ ਅਸੀਂ ਗੁਰੂ ਘਰਾਂ ਦੇ ਵਿੱਚ ਜਾਵਾਂਗੇ ਉੱਥੇ ਵੀ ਜਾ ਕੇ ਸੰਗਤ ਦੀ ਜਿਹੜੀ ਆਵਾਜ਼ ਹੈ ਉਹ ਵੀ ਜਾਣਨ ਦੀ ਕੋਸ਼ਿਸ਼ ਕਰਾਂਗੇ ਔਰ ਉਹ ਕੀ ਕੁਝ ਸੁਨੇਹਾ ਸਾਨੂੰ ਦੇਣਾ ਚਾਹੁੰਦੇ ਹਨ ਤੁਹਾਨੂੰ ਦੇਣਾ ਚਾਹੁੰਦੇ ਹਨ ਉਹ ਵੀ ਜਾਣਨ ਦੀ ਕੋਸ਼ਿਸ਼ ਕਰਾਂਗੇ ਮੈਂ ਸਿੱਕਾ ਹਰਕੀਰਤ ਸਿੰਘ ਆਲੂ ਵਾਲੀਆ ਵੀਡੀਓ ਜਰਨਲਿਸਟ ਦਲਵੀਰ ਸਿੰਘ ਦੇ ਨਾਲ ਜਸ ਪੰਜਾਬੀ ਤੇ पांचवे मसले वॉयस ऑफ एनआरआई ਦੇ ਵਿੱਚ ਅੱਜ ਅਸੀਂ ਜਿਹੜੀ ਮੁਹੀਮ ਤੁਹਾਡੇ ਸਾਹਮਣੇ ਲੈ ਕੇ ਆਇਆ ਕਰਤਾਰਪੁਰ ਲਾਂਗੇ ਨੂੰ ਲੈ ਕੇ ਜੋ ਕਿ ਕਵਾਇਦ ਸ਼ੁਰੂ ਹੋਈ ਹੈ ਭਾਰਤ ਤੇ ਪਾਕਿਸਤਾਨ ਦੀ ਸਰਕਾਰਾਂ ਵੱਲੋਂ ਉਹਨੂੰ ਲੈ ਕੇ ਅਮਰੀਕਾ ਦੇ ਵਿੱਚ ਵਜੀਤ ਸੰਗਤ ਆਪਣੇ ਪ੍ਰतिकਰਮ ਦੇ ਰਹੀ ਹੈ ਮੇਰੇ ਨਾਲ ਮੌਜੂਦ ਹਨ ਗੈਨੀ ਜੀ ਉਹਨਾਂ ਦਾ ਵੀ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਕਿ ਕੁਝ ਕਹਿਣਾ ਚਾਹੁੰਦੇ ਹਨ ਸਭ ਤੋਂ ਪਹਿਲਾਂ ਤੁਹਾਡਾ ਨਾਂ ਔਰ ਕੀ ਕੁਝ ਪ੍ਰतिकਰਮ ਆਪਣੇ ਦੇਣਾ ਚਾਹੋਗੇ ਹਾਂ ਜੀ ਮੇਰਾ ਨਾਮ ਗੁਰਸ਼ਰਨ ਸਿੰਘ ਕਾਲਰਾਹ ਜੀ ਮੈਂ ਬਾਉਂਡ ਪਾਕਿਸਤਾਨ ਦੇ ਆ ਜਿਹੜਾ ਕਿ ਹੁਣ ਨਾਲਪੁਰ ਡਿਸਟ੍ਰਿਕਟ ਵਿੱਚ ਤੇ ਮੈਨੂੰ ਬੜੀ ਖੁਸ਼ੀ ਹੋ ਰਹੀ ਹੈ ਕਿ ਇਹ ਕੋਰੀਡੋਰ ਖੁੱਲ ਰਿਹਾ ਹੈ ਇਸੀ ਫਿਰ ਬੜੀ ਖੁੱਲੀ ਤਰ੍ਹਾਂ ਦਰਸ਼ਨ ਕਰ ਸਕਾਂਗੇ ਮੇਰੇ ਹਿਸਾਬ ਨਾਲ ਬੜਾ ਹੀ ਵਧੀਆ ਕੰਮ ਕੀਤਾ ਗਿਆ ਮੈਂ ਟੀਵੀ ਤੇ ਵੀ ਦੇਖ ਚੁੱਕਿਆ ਹਾਈ ਗੁਰੂ ਭਲਾ ਕਰੇਗਾ ਤੇ ਇਹ ਪੂਰਾ ਕੰਮ ਸਿਰੇ ਚੜ ਜਾਏਗਾ ਕਿ ਤੁਸੀਂ ਜਾਓਗੇ ਆਪਣੇ ਪਰਿਵਾਰ ਸਮੇਤ ਮੈਂ ਕੋਸ਼ਿਸ਼ ਕਰਾਂਗਾ पर फिजिकली थोड़ा ज्यादा परेशान होन करके मैं ट्राई करेंगे पर उन बहुत आसान हो जाएगा ठीक है जी तो ਤੁਸੀਂ ਵੇਖ ਸਕਦੇ ਹੋ ਕਿ ਜਿਹੜੇ ਜਜ਼ਬਾਤ ਹਨ ਪ੍ਰतिक्रमण और सामना हरन उन ਜਿਵੇਂ ਅਸੀਂ ਤੁਹਾਨੂੰ ਦੱਸਿਆ ਸੀਗਾ ਕਿ ਸਾਂਝੇ ਮਸਲੇ ਦੇ ਵਿੱਚ ਅਸੀਂ ਅੱਜ ਮੌਜੂਦ ਹਾਂ ਗੁਰੂ ਨਾਨਕ ਦਰਬਾਰ ਲੌਂਗ ਆਇਲੈਂਡ ਵਿਖੇ ਉੱਥੇ ਹੈੱਡ ਗ੍ਰੰਥੀ ਜਿਹੜੇ ਨੇ ਗਿਆਨੀ ਕੁਲਦੀਪ ਸਿੰਘ ਜੀ ਵੀ ਮੇਰੇ ਨਾਲ ਮੌਜੂਦ ਹਨ ਜਾਣਦੀ ਕੋਸ਼ਿਸ਼ ਕਰਦੇ ਹਨ ਕਿ ਉਹ ਕੁਝ ਕੀ ਕੁਝ ਸੁਨੇਹਾ ਸੰਗਤਾਂ ਨੂੰ ਦੇ ਰਹੇ ਹਨ ਔਰ ਇੱਕ ਸੰਗਤਾਂ ਉਹਨਾਂ ਨੂੰ ਕੋਰੀਡੋਰ ਬਾਰੇ ਯਾਨੀ ਕਿ ਲਾਂਗੇ ਬਾਰੇ ਕੀੜੇ-ਕੀੜੇ ਵਿਚਾਰ ਆਪਣੇ ਨਾਲ ਉਹ ਸਾਂਝੇ ਕਰ ਰਹੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਸਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਜੋ 550 ਸਾਲਾ ਪ੍ਰਕਾਸ਼ ਪੁਰਬ 2019 ਵਿੱਚ ਆ ਰਹੇ ਨੇ ਜਿਸ ਦੇ ਸਬੰਧ ਦੇ ਵਿੱਚ ਬਹੁਤ ਵੱਡੀ ਖੁਸ਼ਖਬਰੀ ਦੋਨੋਂ ਮੁਲਕਾਂ ਦੀਆਂ ਸਰਕਾਰਾਂ ਨੇ ਇੱਕ ਸਿੱਖ ਜਗਰ ਨੂੰ ਦਿੱਤੀ ਹੈ ਧੰਨਵਾਦ ਹੈ ਹਿੰਦੁਸਤਾਨ ਦੀ ਸਰਕਾਰ ਸਮੂਹ ਸਰਕਾਰ ਦਾ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦਾ ਉਦ ਦੂਸਰੇ ਪਾਸੇ ਪਾਕਿਸਤਾਨ ਦੇ ਵਜ਼ੀਰ-ਏ-ਆਲਾ ਇਮਰਾਨ ਖਾਨ ਜਿਨ੍ਹਾਂ ਨੇ ਸੈਭ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਦੇ ਪ੍ਰਕਾਸ਼ ਪੁਰਬ ਜੋ 550 ਸਾਲਾ ਆ ਰਹੇ ਨੇ 2019 ਵਿੱਚ ਇਹ ਬਹੁਤ ਵੱਡਾ ਜੋ ਇੱਕ ਤੋਹਫੇ ਦੇ ਰੂਪ ਵਿੱਚ ਸਿੱਖਾਂ ਨੂੰ ਇਹ ਜੋ ਲਾਂਗਾ ਦਿੱਤਾ ਹੈ ਕਰਤਾਰਪੁਰ ਸਾਹਿਬ ਦਾ ਕਿਉਂਕਿ ਸਿੱਖ ਤਾਂ ਹਮੇਸ਼ਾ ਅਰਦਾਸ ਕਰਦੇ ਆ ਰਹੇ ਨੇ ਸਾਨੂੰ 1947 ਦੀ ਵੰਡ ਤੋਂ ਬਾਅਦ ਕਿ ਆਪਣੇ ਪੰਥ ਦੇ ਸਰਾ ਸਹਾਇ ਦਾਤਾਰ ਪਿਤਾ ਜੀ ਸ੍ਰੀ ਨਨਕਾਣਾ ਸਾਹਿਬ ਤੇ ਹੋ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁਲਦੇ ਦਰਸ਼ਨ ਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਸੋ ਇਹ ਬਹੁਤ ਹੀ ਖੁਸ਼ਖਬਰੀ ਵੱਡੀ ਖੁਸ਼ਖਬਰੀ ਹੈ ਸਾਰੇ ਸਿੱਖ ਜਗਤ ਦੇ ਲਈ ਸਾਰੇ ਸਿੱਖ ਜਗਤ ਦੇ ਲਈ ਨਹੀਂ ਸਮੁੱਚੀ ਕਾਇਨਾਤ ਦੇ ਲਈ ਸਮੁੱਚੇ ਸਮਾਜ ਦੇ ਲਈ ਕਿਉਂਕਿ ਜ਼ਾਹਰ ਪੀਰ ਜਗਤਗੁਰ ਬਾਬਾ ਗੁਰੂ ਨਾਨਕ ਦੇਵ ਮਾਰਤੇ ਜ਼ਾਹਰਾ ਪੀਰ ਨੇ ਉਹ ਤੇ ਨਾਨਕ ਸ਼ਾ ਫਕੀਰ ਹਿੰਦੂਆਂ ਦੇ ਗੁਰੂ ਤੇ ਮੁਸਲਮਾਨਾਂ ਦੇ ਪੀਰ ਉਹ ਐਸੇ ਗੁਰੂ ਨਾਨਕ ਦੇਵ ਮਹਾਰਾਜ ਦੇ ਪ੍ਰਕਾਸ਼ਪੂਰਵ ਤੇ ਜਿਹੜੀ ਇਹ ਵੱਡੀ ਖੁਸ਼ਖਬਰੀ ਸਾਨੂੰ ਦਿੱਤੀ ਗਈ ਹੈ ਬਹੁਤ ਬਹੁਤ ਧੰਵਾਦ ਹੈ ਕਿਉਂਕਿ ਸਿੱਖ ਤੇ ਅਰਦਾਸ ਵਿੱਚ ਇਹੀ ਆਖਦੇ ਨੇ ਨਨਕਾਣਾ ਸਾਹਿਬ ਤੇ ਹੋ ਗੁਰਦੁਆਰੇ ਗੁਰਤਾਮ ਚਾਹੇ ਪਾਕਿਸਤਾਨ ਚ ਰਹੇ ਨੇ ਤੇ ਉਹ ਚਾਹੇ ਬੰਗਲਾਦੇਸ਼ ਵਿੱਚ ਨੇ ਤੇ ਅਫਗਾਨਿਸਤਾਨ ਦੇ ਵਿੱਚ ਮੱਕੇ ਕਾਬੇ ਵਿੱਚ ਵੀ ਜੇ ਹੈਗੇ ਨੇ ਸਾਡੇ ਜੋ ਇਤਿਹਾਸਿਕ ਸਥਾਨ ਉਹਨਾਂ ਦੇ ਖੁੱਲੇ ਦਰਸ਼ਨ ਦੇਦਾਰੇ ਸੇਵਾ ਸੰਭਾਲ ਦੀ ਜਿਹੜੀ ਹੈ ਮੰਗ ਜਿਹੜੀ ਅਰਦਾਸ ਦੇ ਰੂਪ ਵਿੱਚ ਅਸੀਂ ਹਮੇਸ਼ਾ ਕਰਦੇ ਹਾਂ ਸੋ ਇਹ ਬਹੁਤ ਵੱਡੀ ਖੁਸ਼ਖਬਰੀ ਆਈ ਹੈ ਸੋ ਜਿਵੇਂ ਤੁਸੀਂ ਸਾਡੇ ਨਾਲ ਮੌਜੂਦ ਹੋ ਇਕ ਅਹਿਮ ਸਵਾਲ ਆ ਜਰੂਰ ਪਣਦਾ ਹੈ ਕਿ ਨਨਕਾਣਾ ਸਾਹਿਬ ਸਿੱਖ ਕੌਮ ਦੇ ਲਈ ਸਿੱਖ ਭਾਈਚਾਰੇ ਦੇ ਲਈ ਉਹ ਧਰਤੀ ਕਿੰਨੀ ਕੁ ਮਹੱਤਵਪੂਰਨ ਹੈ ਕਿ ਹੈ ਬਹੁਤ ਵੱਡਾ ਹੋਰ ਮਹੱਤਵਪੂਰਨ ਜੋ ਹੈ ਸਥਾਨ ਹੈ ਸਿੱਖ ਧਰਮ ਦੇ ਅੰਦਰ ਕਿਉਂਕਿ ਸਹਿਬ ਸ੍ਰੀ ਗੁਰੂ ਨਾਨਕ ਦੇ ਮਹਾਰਾਜੀ ਉੱਥੇ ਉਹਨਾਂ ਦਾ ਨਾਨਕ ਆਣਾ ਕਿਉਂਕਿ ਉਹ ਰਾਇਪੋਹ ਦੀ ਤਲਵੰਡੀ ਸੀ ਜੁਰਮ ਸਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜੀ ਤਕਰੀਬਨ 549 ਸਾਲ ਪਹਿਲਾਂ ਉੱਥੇ ਪ੍ਰਕਾਸ਼ ਉਹਨਾਂ ਦਾ ਹੋਇਆ ਹੈ ਤੇ ਉਹ ਜੋ ਨਨਕਾਣਾ ਸਾਹਿਬ ਜਿਹੜਾ ਸਾਡਾ ਇਤਿਹਾਸਿਕ ਸਥਾਨ ਹੈ ਉਹਰੇ ਲਈ ਵੀ ਅਸੀਂ ਜਿਹੜੇ ਦਰਸ਼ਨ ਦੀਦਾਰਾਂ ਦੀ ਮੰਗ ਕਰਦੇ ਹਾਂ ਪਰ ਇਹ ਜੋ ਕਰਤਾਰਪੁਰ ਦਾ ਸਾਨੂੰ ਇਹ ਲਾਂਗਾ ਮਿਲਿਆ ਹੈ ਤੇ ਇਸੇ ਤਰ੍ਹਾਂ ਨਨਕਾਣਾ ਸਾਹਿਬ ਦੇ ਜੀ ਅੱਜ ਇਹ ਸਾਡੀ ਅਰਦਾਸ ਪੂਰੀ ਹੋਈ ਹੈ ਤੇ ਉਹ ਵੀ ਸਮਾਂ ਆਵੇਗਾ ਸਮਾਂ ਜਿੰਨਾ ਮਰਜ਼ੀ ਲੱਗ ਜਾਵੇ ਪਰ ਕਦੀ ਸਮਾਂ ਆਵੇਗਾ ਕਿ ਗੁਰੂ ਨਨਕਾਣਾ ਸਾਹਿਬ ਦੇ ਜਿਹੜੇ ਦਰਸ਼ਨ ਦੀਦਾਰੇ ਨੇ ਤੇ ਉਸ ਦੀ ਸੇਵਾ ਸੰਭਾਲਦਾ ਖਾਲਸਾ ਤੰ ਨੂੰ ਮਿਲੇਗੀ ਗਾਨੀ ਜੀ ਐਵੀ ਕਵਾਇਦ ਸ਼ੁਰੂ ਹੋ ਗਈ ਹੈ ਹੁਣ ਸਿਕਮ ਐਵੀ ਕਹਿਣਾ ਚਾਹ ਰਹੀ ਹੈ ਕਿ ਹੁਣ ਇਹ 6ਵਾਂ ਤਖਤ ਹੋਣਾ ਚਾਹੀਦਾ ਹੈ 5 ਤਖਤ ਭਾਰਤ ਦੇ ਵਿੱਚ ਨੇ ਤੇ ਇਹ 6ਵਾਂ ਤਖਤ ਤੁਸੀਂ ਇਹਨੂੰ ਕਬੂਲ ਕਰਵਾਓ ਤਖਤ ਤਾਂ ਪੰਜ ਵੀ ਬੜੇ ਨੇ ਤੇ ਜੇ ਛੀਵਾ ਹੋ ਜਾਵੇ ਜੇ ਖਾਲਸਾ ਪੰਥ ਬੈਠ ਕੇ ਇਸ ਤਰ੍ਹਾਂ ਦੀ ਕੋਈ ਵਿਚਾਰ ਕਰਦਾ ਹੈ ਤੇ ਨਾਲ ਮੈਂ ਵੀ ਪੰਥ ਦੇ ਵਿੱਚ ਹੀ ਸ਼ਾਮਲ ਆ ਐਸੀ ਕੋਈ ਗੱਲ ਨਹੀਂ ਤੇ ਉਹ ਵੀ ਕਬੂਲ ਹੀ ਹੋਏਗਾ ਤੇ ਤਖਤ ਤੇ ਪੰਜੀ ਬੜੇ ਨੇ ਸਾਡੇ ਚ ਏਕਾ ਹੋਵੇ ਅਸੀਂ ਪੰਜਾਂ ਤਖਤਾਂ ਦੇ ਜਿਹੜੇ ਹੈ ਜੋ ਮਰਿਆਦਾ ਰਹਿਤ ਮਰਿਆਦਾ ਅਕਾਲ ਤਖਤ ਜਿਹੜਾ ਹੈ ਉਸ ਦੀ ਮਰਿਆਦਾ ਨੂੰ ਫੋਲੋ ਕਰੀਏ ਤਾਂ ਜੋ ਪੰਥ ਦੇ ਵਿੱਚ ਇੱਕ ਜੁੜਤਾ ਹੋਵੇ ਇੱਕ ਸਿਧਾਂਤ ਇੱਕ ਪੰਥ ਇੱਕ ਗ੍ਰੰਥ ਤੇ ਇੱਕ ਹੀ ਮਰਿਆਦਾ ਸਾਡੀ ਹੋਣੀ ਚਾਹੀਦੀ ਹੈ ਸੋ ਇੰਨੀਆਂ ਹੀ ਬੇਨਤੀਆਂ ਮੈਂ ਆਪ ਜੀ ਸੰਗਤ ਨੂੰ ਕਰਦਾ ਹਾਂ ਜਸਟ ਟੀਵੀ ਦੇ ਰਾਹੀਂ ਤੇ ਐਸੀ ਕਿ ਗਿਆਨੀ ਕੁਲਦੀਪ ਸਿੰਘ ਜੀ ਜਿਨ੍ਹਾਂ ਨੇ ਆਪਣੇ ਪ੍ਰਤਿਕਰਮ ਸਾਡੇ ਨਾਲ ਅੱਜ ਕਿਤੇ ਉਹਨਾਂ ਨੇ ਕਿਹਾ ਕਿ ਜਿਹੜੇ ਬਾਬੇ ਨਾਨਕ ਨੇ ਇਸ 550 ਪ੍ਰਕਾਸ਼ ਪੁਰਬ ਤੇ ਇੱਕ ਸੋਗਾਤ ਉਹਨਾਂ ਦੀ ਜਿਹੜੀ ਅਰਦਾਸ ਜਿਹੜੀ ਸਿੱਖ ਸੰਗਤ ਕਰਦੀ ਆ ਰਹੀ ਸੀਗੀ ਕਿ ਖੋਲੇ ਦਰਸ਼ਨ دیدار ਕਰਾਣਾ ਉਹ ਗਿਫਟ ਦੇ ਤੌਰ ਤੇ ਜਿਵੇਂ ਮੈਨੂੰ ਚੇਅਰਮੈਨ ਸਾਹਮਣੇ ਦੱਸਿਆ ਕਿ ਗਿਫਟ ਦੇ ਤੌਰ ਤੇ ਸੰਗਤਾਂ ਨੂੰ ਦਿੱਤੀ ਹੈ ਔਰ ਇਹ ਗੁਰਨਾਨਕ ਦਰਬਾਰ ਜਿੱਥੇ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਅਸੀਂ ਖੜੇ ਆ ਇੱਥੇ ਗੁਰਨਾਨਕ ਨਾਮ ਲੈਵਾ ਉਹ ਸੰਗਤ ਇੱਥੇ ਪਹੁੰਚਦੀ ਹੈ ਉਹ ਵੀ ਆਪਣੀ ਅਰਦਾਸ ਕਰਦੀ ਹੈ ਅੱਜ ਉਹ ਵੀ ਬੜੀ ਖੁਸ਼ ਨਜ਼ਰ ਆ ਰਹੀ ਹੈ ਔਰ ਕਹਿਣਾ ਚਾਹ ਰਹੀ ਹੈ ਕਿ ਅਸੀਂ ਵੀ ਜਾ ਕੇ ਕਰਾਂਗੇ ਦਰਸ਼ਨ ਕਾਣਾ ਸਾਹਿਬ ਤੇ ਪਾਟਿਆ ਜੀ ਤੁਸੀਂ ਕਿੱਥੋਂ ਸੰਬੰਧ ਰੱਖਦੇ ਹੋ ਮੈਂ ਦਿੱਲੀ ਤੋਂ ਆਇਆ ਜੀ ਦਿੱਲੀ ਤੋਂ ਆਇਓ ਤੁਸੀਂ ਹੁਣ ਕੀ ਕਹਿਣਾ ਚਾਹੋਗੇ ਦਿੱਲੀ ਦੇ ਵਿੱਚ ਲੋਕਾਂ ਦਾ ਸੰਗਤਾਂ ਦਾ ਕੀ ਕੁਝ ਸੁਨੇਹਾ ਤੁਹਾਨੂੰ ਦੇ ਕੇ ਭੇਜਿਆ ਇੱਥੇ ਅਮਰੀਕਾ ਦੇ ਵਿੱਚ ਲੋਕ ਬਹੁਤ ਖੁਸ਼ ਹਨ ਜੇ ਲਾਂਗਾ ਖੁੱਲਣ ਦੇ ਬਾਅਦ ਉਹ ਸਭ ਨੂੰ ਬਹੁਤ ਬਹੁਤ ਵਧਾਈ ਹੋ ਇਸ ਇੱਕ ਪੰਤਨ ਨੂੰ ਇਹ ਬਹੁਤ ਅੱਛਾ ਕੰਮ ਹੋਇਆ ਹੈ ਜਿਹੜਾ ਲਾਂਗਾ ਖੋਲ ਦਿੱਤਾ ਗਿਆ ਹੈ ਮੈਂ ਤੁਹਾਨੂੰ ਸੇਵਾ ਕਰਦੇ ਹੋਏ ਵੇਖਿਆ ਉਹ ਸੇਵਾ ਦਾ ਭਾਵ ਜਿਹੜਾ ਗੁਰੂ ਨਾਨਕ ਦੇਵ ਜੀ ਦੇ ਗਏ ਸੀਗੇ ਸੱਚਾ ਸੌਦਾ ਜਦ ਉਹਨਾਂ ਨੇ ਕੀਤਾ ਸੀਗਾ ਤਾਂ ਉਹ ਵਪਾਰ ਕਰਨ ਲਈ ਭੇਜਿਆ ਸੀਗਾ ਔਰ ਅੱਜ ਉਹੀ ਪਰੰਪਰਾ ਉਹੀ ਸਾਰੀ ਜਿਹੜੀ ਗੱਲਾਂ ਹਨ ਉਹ ਵੇਖਣ ਨੂੰ ਮਿਲਦੀ ਹੈ ਭਾਵੇਂ ਅਮਰੀਕਾ ਦੀ ਧਰਤੀ ਹੋਵੇ ਕਿਵੇਂ ਮਹਿਸੂਸ ਕਰ ਰਹੇ ਆਂ ਤੇ ਬਹੁਤ ਜ਼ਿਆਦਾ ਮਹਿਸੂਸ ਕਰਦੇ ਆਂ ਭਾਵੇਂ 3000 ਮੀਲ ਤੋਂ ਜਾ ਰਿਹਾ ਇੱਕ ਇੱਕ ਕਦਮ ਵੀ ਉਹਦੀ ਵਧਾਈ ਦਾ ਪਾਤਰ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਇਹ ਸੀਗੇ ਸੰਗਤਾਂ ਦੀ ਵੌਇਸ ਇਹ ਸੀਗੀ ਸੰਗਤਾਂ ਦੀ ਆਵਾਜ਼ ਜੋ ਕਿ ਅੱਜ ਸਾਨੂੰ ਸੁਣਨ ਨੂੰ ਮਿਲੀ ਹੈ ਪੂਰਵੀ ਆਵਾਜ਼ ਅੱਜ ਅਸੀਂ ਤੁਹਾਨੂੰ ਸੁਣਾਵਾਂਗੇ ਵਕ ਵਕ ਗੁਰਦੁਆਰੇ ਸਾਹਿਬ ਦੇ ਵਿੱਚ ਸਾਡਾ ਇਹ ਸਫ਼ਰ ਸ਼ੁਰੂ ਹੋਇਆ ਤੇ ਆਪਾਂ ਜਾਵਾਂਗੇ ਉੱਥੇ ਦੀ ਸੰਗਤਾਂ ਵਿੱਚ ਸੰਗਤਾਂ ਦੇ ਲਵਾਂਗੇ ਅਸੀਂ ਪ੍ਰਤੀਕਰਮ ਔਰ ਜਾਣ ਦੀ ਕੋਸ਼ਿਸ਼ ਕਰਾਂਗੇ ਕਿ ਉਹ ਕੀ ਕੁਝ ਵਿਚਾਰ ਸਾਡੇ ਨਾਲ ਸਾਂਝਾ ਕਰਨੇ ਚਾਹੁੰਦੇ ਹਨ ਕਹਿੰਦੇ ਸਫ਼ਰ ਸੀਗਾ 70 ਸਾਲਾਂ ਦਾ ਲੇਕਿਨ ਕੀ ਹੁਣ ਇਹ 7 ਮੀਲ ਜਿਹੜੇ ਇਸ ਸਫ਼ਰ ਨੂੰ ਪੂਰਾ ਕਰਨ ਜਾ ਰਹੇ ਹਨ ਕਿ ਅੱਜ ਸਾਂਝੇ ਮਸਲੇ ਦੇ ਵਿੱਚ ਇਸ ਗੱਲ ਨੂੰ ਲੈ ਕੇ ਜਿਹੜਾ ਅਸੀਂ ਵਿਚਾਰ ਵਟਾਂਦਰਾ ਕਰ ਰਹੇ ਹਾਂ ਉਦੇ ਉਤੇ ਪ੍ਰਤੀਕਰਮ ਲੋਕਾਂ ਦੇ ਕੀ ਕੀ ਜਾ ਰਹੇ ਨੇ ਉਹ ਅਸੀਂ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕੀਤੀ ਹੁਣ ਇਸ ਪ੍ਰੋਗਰਾਮ ਦੇ ਤਹਿਤ ਅੱਜ ਨਾ ਸਿਰਫ ਭਾਰਤ ਦੇ ਵਿੱਚ ਨਾ ਸਿਰਫ ਪਾਕਿਸਤਾਨ ਦੇ ਵਿੱਚ ਗੱਲ ਕੀਤੀ ਜਾ ਰਹੀ ਹੈ ਗੌਰਤਾਲਬ ਹੈ ਕਿ ਹਰ ਪਾਸੇ ਇਸ ਬਾਰੇ ਗੱਲ ਹੋ ਰਹੀ ਹੈ ਲਾਂਗੇ ਦੀ ਜੇਕਰ ਗੱਲ ਕਰੀਏ ਤਾਂ ਇੱਕ ਪੰਜਾਬ ਪਾਕਿਸਤਾਨ ਵਜਦਾ ਇੱਕ ਪੰਜਾਬ ਭਾਰਤ ਵਜਦਾ ਹਿੰਦੂਸਤਾਨ ਵਜਦਾ ਲੇਕਿਨ ਹੁਣ ਉਹ ਜਿਹੜਾ ਲਾਂਗਾ ਹੈ ਉਹ ਅਮਰੀਕਾ ਦੀ ਧਰਤੀ ਦੇ ਉਤੇ ਕਿਸ ਤਰੀਕੇ ਦੇ ਪ੍ਰਤੀਕਰਮ ਦੇ ਰਹੇ ਆ ਉਹ ਵੀ ਜਾਣਨ ਦੀ ਕੋਸ਼ਿਸ਼ ਕਰ ਰਹੇ ਆ ਮੇਰੇ ਨਾਲ ਬੋਬੀ ਕੁਮਾਰ ਜੀ ਮੌਜੂਦ ਨੇ ਚੇਅਰਮੈਨ ਨੇ ਹਿਊਮਨ ਰਾਈਟਸ ਕਮਿਸ਼ਨ ਦੇ ਜਾਨਨ ਦੀ ਕੋਸ਼ਿਸ਼ ਕਰਦੇ ਆ ਕਿ ਇਸ ਮੁਤਲਕ ਉਹ ਕੀ ਕੁਝ ਪ੍ਰਤੀਕਰਮ ਆਪਣਾ ਦੇਣਾ ਚਾਹੁੰਦੇ ਹਨ ਅ ਸਭ ਤੋਂ ਪਹਿਲੇ ਮੈਂ ਤੁਹਾਡੇ ਜਿੰਨੇ ਵੀ ਜਸ ਪੰਜਾਬੀ ਦੇ ਦਰਸ਼ਕ ਹਨ ਉਹਨਾਂ ਸਭ ਦਾ ਸ਼ੁਕਰੀਆ ਅਦਾ ਕਰਦਾ ਹਾਂ ਜਸ ਪੰਜਾਬੀ ਦਾ ਸ਼ੁਕਰੀਆ ਕਰਦਾ ਹਾਂ ਕਿ ਉਹ ਜਿਹੜਾ ਇੱਕ ਇਹੋ ਪੀਸ ਦਾ ਮੈਸੇਜ ਹੈ ਉਹਨੂੰ ਸਪਰੈਡ ਕਰ ਰਿਹਾ ਹੈ ਗਿਆ ਵਰਲਡਵਾਈਡ ਇਟਸ ਬਰੀ ਹੰਬਲਿੰਗ i'm glad and honored to follow the bani of guru nanak dev ji a peace love and work hard and share with others and uh, thank you to imran kanji who even this long time it was awaited and he took the steps that's how you know who the leaders are leaders shine and thanks to the indian government equally when they accepted and they see the importance of uh, belief of sikh religion and sikh followers and others to uh, can be more appropriate time uh, to start this uh, now it's happened it's going to bring prosperity to that city which is going to flourish in a matter of which other cities take years, this is going to happen only in a year. you will see the progress in that part of the world. correct, but there is also, you know, you can see a politics behind this. so for that, what kind of uh, feedback you want to give? Uh, you know, politics always was there, is here, and it will be. Uh, politics not going to have any more choice than to respect all those followers of sacred religions, regardless of it's in pakistan or in India because the fact is uh, this is something uh, everybody believe. Uh, the Sikhs have the right to go and worship their place like Imran Khanji said when the Muslim person goes to Medina and on the distance of three to four kilometers you can see the joy of that persons the same thing is in Sikh religion and I think every government every politics understand and uh, nobody should play

ਪਹਿਲਾਂ ਤਾਂ ਜੱਸ ਪੰਜਾਬੀ ਦੇ ਸ਼ਰੋਤਿਆਂ ਨੂੰ ਮੇਰੀ ਸਤਿ ਸ੍ਰੀ ਅਕਾਲ ਮੈਂ ਇਹ ਕਹਿਣਾ ਚਾਹਾਂਗਾ ਕਿ ਧਰਮ ਦੇ ਹਿਸਾਬ ਨਾਲ ਤਾਂ ਇਹ ਬਹੁਤ ਵੱਡਾ ਅਸੀਂ ਕਦਮ ਸਰਕਾਰਾਂ ਨੇ ਸਾਨੂੰ ਪਟਕੇ ਸਾਨੂੰ ਦਰਸ਼ਨ ਦੇਦਾਰੇ ਵਾਸਤੇ ਦਿੱਤੇ ਨੇ ਕਰਤਾਰਪੁਰ ਸਾਹਿਬ ਦੇ ਲੇਕਿਨ ਅਦਰਵਾਇਜ਼ ਸਾਡੇ ਬਿਜ਼ਨਸ ਰਿਲੇਸ਼ਨ ਤੇ ਪਰਸਨਲ ਸਾਨੂੰ ਵੈਲਿਊਜ਼ ਇੱਕ ਦੂਜੇ ਦੀਆਂ ਪਤਾ ਲੱਗਣਗੀਆਂ ਜੋ ਕਿ ਪੰਜਾਬ ਇੱਧਰ ਦੋਏ ਜਾਂ ਉੱਧਰ ਦੋਏ ਦੋਨੋਂ ਇੱਕੋ ਪੰਜਾਬ ਨੇ ਬੋਬੀ ਜੀ ਜਿਵੇਂ ਇਹਨਾਂ ਨੇ ਗੱਲ ਕਹੀ ਕਿ ਇੱਕੋ ਹੀ ਪੰਜਾਬ ਹੋਵੇ ਤਾਂ ਅਮਰੀਕਾ ਦੀ ਧਰਤੀ ਦੇ ਉੱਤੇ ਜਿਵੇਂ ਦੱਸ ਰਹੇ ਨੇ ਕਿ ਤੁਸੀਂ ਬਹੁਤ ਕੋਸ਼ਿਸ਼ ਕਰਦੇ ਹੋ ਕਿ ਦੋਵੇਂ ਮੁਲਕਾਂ ਦੇ ਜਿਹੜੇ ਭਾਈਚਾਰੇ ਨੇ ਜਾਂ ਦੋਵੇਂ ਮੁਲਕਾਂ ਦੇ ਜਿਹੜੇ ਵਸਨੀਕ ਨੇ ਉਹਨਾਂ ਨੂੰ ਜੋੜ ਕੇ ਰੱਖੋ ਔਰ ਅੱਜ ਉਸ ਨੂੰ ਲੈ ਕੇ ਤੁਸੀਂ ਜਿਹੜਾ ਪੀਸ ਪ੍ਰੋਗਰਾਮ ਵੀ ਆਰਗੇਨਾਈਜ਼ ਕੀਤਾ ਸੋ ਡੂ ਯੂ ਥਿੰਕ ਕਿ ਇਨ ਫਿਊਚਰ ਇਸੇ ਤਰੀਕੇ ਨਾਲ ਦੋਨੋਂ ਵਸਨੀਕਾਂ ਨੂੰ ਵੀ ਜਾਂ ਫਿਰ ਦੋਵੇਂ ਮੁਲਕਾਂ ਨੂੰ ਵੀ ਜਾਂ ਫਿਰ ਦੋਵੇਂ ਸਿਆਸਤਦਾਨਾਂ ਨੂੰ ਸੋਚਣਾ ਚਾਹੀਦਾ ਆਈ ਅਗੇਨ ਆਰ ਗੋਇੰ ਟੂ ਸੇ ਦੇ ਹੈਵ ਨੋ ਚੋਇਸ ਪੀਸ ਇਜ਼ ਮਚ ਪਾਵਰਫੁਲ ਦੈਨ ਹੈਟ And now peace already it took its place and is going to go further. I personally believe uh, Punjab or otherwise India or Pakistan, I believe in humanity. That's what Guru Nanak Dev Ji had taught us. I follow that preaching. We all are equal and we all are Sikhs, Hindus, Muslims, Sikhs, Asai, Buddhists, otherwise. We all are as a human being are one. So under one God, one humanity i practice that every day so this is what our government have to follow and uh, public will never tolerate if anyone ever get you know uh, in a situation that they say ਨਾ ਯੂ ਡੋਨਟ ਹੈਵ ਦ ਰਾਈਟਸ ਯੈਸ ਦੇ ਡੂ ਹੈਵ ਦ ਰਾਈਟਸ ਯੂ ਹੈਵ ਦ ਰਾਈਟਸ ਸੋ ਐਸੀ ਕੇ ਮੇਰੇ ਨਾਲ ਬੋਬੀ ਕੁਮਾਰ ਜੀ ਚੇਅਰਮੈਨ ਹਿਊਮਨ ਰਾਈਟਸ ਕਮਿਸ਼ਨ ਦੇ ਜਿਨ੍ਹਾਂ ਨੇ ਸਾਫ ਲਫ਼ਜ਼ਾਂ ਦੇ ਵਿੱਚ ਕਿਹਾ ਹੈ ਨੋ ਰਿਲੀਜੀਅਨ ਇਜ਼ ਹਾਇਰ ਦੈਨ ਹਿਊਮੈਨਿਟੀ ਔਰ ਜੋ ਗੁਰੂ ਨਾਨਕ ਦੇਵ ਜੀ ਸੁਨੇਹਾ ਦੇ ਗਏ ਸੀਗੇ ਜੋ ਫਿਲਾਸਫੀ ਉਹਨਾਂ ਨੇ ਦਿੱਤੀ ਜੋ ਟੀਚਿੰਗ ਪ੍ਰੀਚਿੰਗਸ ਉਹਨਾਂ ਨੇ ਦਿੱਤੀ ਉਸੇ ਨੂੰ ਲੈ ਕੇ ਅੱਜ ਅਮਰੀਕਾ ਦੀ ਧਰਤੀ ਦੇ ਉੱਤੇ ਵੀ ਇਸੇ ਤਰੀਕੇ ਦੇ ਪ੍ਰੋਗਰਾਮ ਹੋ ਰਹੇ ਨੇ ਤਾਂ ਕਿ ਇੱਕ ਪੀਸ ਹਿਊਮੈਨਿਟੀ ਦੀ ਗੱਲ ਹੋ ਸਕੇ ਔਰ ਆਉਣ ਵਾਲੇ ਸਮੇਂ ਦੇ ਵਿੱਚ 550 ਪ੍ਰਕਾਸ਼ ਪੁਰਬ ਗੁਰੂ ਨਾਨਕ ਦੇਵ ਜੀ ਦਾ ਬੜੇ ਧੂਮਧਾਮ ਨਾਲ ਮਨਾਇਆ ਜਾ ਸਕੇ voice of NRI ਦੇ ਵਿੱਚ ਅਸੀਂ ਹੁਣ ਤੁਹਾਨੂੰ ਸੁਣਾਵਾਂਗੇ ਉਹਨਾਂ ਦੇ ਜਜ਼ਬਾਤ ਕਿ ਉਹ ਕਿੰਨੇ ਕੁ ਐਕਸਾਈਟਿਡ ਹਨ ਔਰ ਮੇਰੇ ਨਾਲ ਮੌਜੂਦ ਹਨ ਪਾਕਿਸਤਾਨ ਤੋਂ ਸਬੰਧ ਰੱਖਦੇ ਹੋਏ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਕਿ ਇਸ ਮੁਤਲਕ ਉਹ ਕੀ ਵਿਚਾਰ ਸਾਡੇ ਨਾਲ ਸਾਂਝਾ ਕਰਨੇ ਚਾਹੁੰਦੇ ਹਨ ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਵਾਟਸ ਯੂ ਨੇਮ ਮੈਂ ਮਿਸਿਸ ਬਸ਼ੀਰ ਕਮਰ ਹੂੰ ਔਰ ਯੂ ਆਰ ਫਰਮ ਵਿਚ ਪਲੇਸ ਫਰਮ ਪਾਕਿਸਤਾਨ? ਕਰਾਚੀ ਮੈਂ ਅਭੀ 2 ਮਹੀਨੇ ਪਹਿਲੇ ਇੰਡੀਆ ਗਈ ਥੀ ਔਰ ਅਮਰਸਰ ਗਈ ਥੀ ਵਹਾਂ ਮੈਂਨੇ ਗੋਲਡਨ ਟੈਂਪਲ ਗਈ ਥੀ ਔਰ ਵਹਾਂ ਮੈਂਨੇ ਜੋ ਮੁਹੱਬਤ ਦੇਖੀ اس کا میں آپ کو بتا نہیں سکتی بعض جگہ تو ایسی جگہیں تھی کہ جب ان کو پتہ چلتا تھا ہم پاکستان سے آئے ہیں تو وہ ہم سے پیسے بھی نہیں لیتے تھے اور یہ بہت اچھا ایکسپیرینس تھا کہ ہم وہاں پر تھے ہمیں بہت اچھا لگا اور ایک دل میں یہ تھا کہ یہ رستہ کھلے عذرا میں نیمز عزرہ دار اینڈ میرا تعلق اسلام آباد سے ہے اینڈ آئی ووڈ لائک ٹو سے کہ یہ ہمیشہ سے ہمارے دلوں میں تھا اب ہم یہاں رہتے ہیں تو ہمیں تو کوئی فرق محسوس نہیں ہوتا لیکن پاکستان میں رہتے ہوئے آف کورس لوگوں کو محسوس ہوتا ہے تو اٹس ویری ویلکمنگ اسٹارٹ الحمد ہمیں ہمیں بھی خوشی ہے اور وہ لوگ بھی جو وہاں سے آئے ہوں گے آف کورس I was I was there actually couple of days ਤੁਹਾਡੇ ਇੱਥੇ ਦੋਸਤੀ ਹੈਗੀ ਹੈ ਸਾਰੇ ਹਿੰਦੁਸਤਾਨੀ ਭਰਾਵਾਂ ਨਾਲ ਪੈਣਾ ਨਹੀਂ ਲੱਗਦਾ ਸਾਨੂੰ ਤੇ ਪਤਾ ਵੀ ਨਹੀਂ ਲੱਗਦਾ ਕਿ ਕੋਈ ਐਕਚੁਅਲੀ ਚੇਂਜ ਹੈ ਮਤਲਬ ਇੱਥੇ ਤਾਂ ਬਿਲਕੁਲ ਯਹੀ ਦਸ ਵਾਟ I have always think ਕਿ ਹਮ ਸਾਨੂੰ ਪਤਾ ਵੀ ਨਹੀਂ ਲੱਗਦਾ ਤੇ ਮਤਲਬ ਉਹ ਕਰੀਏਟ ਕਿਸ ਤਰ੍ਹਾਂ ਹੋਇਆ ਕੀ ਹੋਇਆ ਆਫ ਕੋਰਸ ਸਾਡੇ ਤੋਂ ਪਹਿਲੇ ਸਾਰਾ ਕੁਝ ਹੋ ਚੁੱਕਿਆ ਸੀ ਲੇਕਿਨ ਇਹ ਬਹੁਤ ਆ ਹੌਸਤਾ ਹੌਸਤਾ ਉਹ ਦੋਵੇਂ ਮੁਲਕਾਂ ਵਿੱਚ ਇਹ ਸਟਾਰਟ ਹੋ ਜਾਏ ਗਏ ਦਿਸ ਇਜ਼ ਸਮਥਿੰਗ ਆਮ ਰੀਲੀ ਐਕਸਾਈਟਿਡ ਦੇਖੋ ਜੀ ਡਿਵਾਈਡ ਕਹਿੰਦੇ ਸਾਨੂੰ ਨਹੀਂ ਪਤਾ ਕਿਵੇਂ ਹੋਇਆ ਦੋਵੇਂ ਮੁਲਕ ਸਾਡਾ ਲਹਿਜਾ ਸੇਮ ਸਾਡਾ ਪਹਿਨਾ ਸੇਮ ਸਾਡੀ ਮਾਂ ਬੋਲੀ ਸੇਮ ਤਾਂ ਇਹ ਨਹੀਂ ਹੋਣਾ ਚਾਹੀਦਾ ਸੀਗਾ ਲੇਕਿਨ ਲੇਕਿਨ ਹੁਣ ਜਿਹੜੀ ਸ਼ੁਰੂਆਤ ਹੋਈ ਹੈ ਉਹਨੂੰ ਲੈ ਕੇ ਉਹ ਵੀ ਕਹਿ ਰਹੇ ਨੇ ਸ਼ਲਾੰਗਾ ਕਰ ਰਹੇ ਨੇ ਮੇਰੇ ਨਾਲ ਹੋਰ ਵੀ ਮੌਜੂਦ ਹਨ ਜਨਾਂ ਦੇ ਕੋਸ਼ਿਸ਼ ਕਰਦੇ ਆ ਉਹ ਕੀ ਕੁਝ ਕਹਿਣਾ ਚਾਹੁੰਦੇ ਹਨ ਵੇਅ ਯੂ ਆ ਫਰਮ ਆਮ اسلام آباد اور میرا نام یاسمین لودی ہے میں نے جب سے یہ سنا ہے کہ یہ ایسے انہوں نے کیا ہے تو مجھے اتنی خوشی ہو رہی ہے اور سب سے بڑی بات یہ ہے کہ یہاں پاکستان میں ان لوگوں کے انڈین کے سارے مزار ہیں اور ہمارے وہاں پہ انڈیا میں ہیں تو ہر ہر بندہ یہ جا جانا چاہتا ہے کہ وہاں پہ جائے اور زیارت کرے تو ہمیں اتنی خوشی ہو رہی ہے کہ اب ہم وہاں پہ جا سکتے ہیں اور وہ لوگ یہاں پہ آ سکتے ہیں So eh, inshallah Better Hoga sabke liye Better hoega. Ki kena ke Hello, I'm Bina Sabapati. I'm from Mangalore, Karnataka I'm very happy to see that there is a platform opened up like this to bring a unity and harmony among Hindu, Muslim, everybody. It's very nice to know so excited. That's what the reason I'm here today and hearing to the speeches given by all these well experienced people. I'm very happy we can do together, we can bring peace. That is the first step. Peace is the thing. we need at this time so definitely we can get together we can discuss whatever the difference of opinion we should sit down together and discuss and come up with the solution for that not fighting or killing someone for that reason i really like this platform i will be there every time there will be a meeting like this thank you thank you very much ta tusi vekh sakde ho ki sirf chaare passo ek hi awaz aa rahi hai oh kehnde ki sanu bahut acha lagya <laughs> ki hun corridor laanga khol chukya hai lekin assi sirf ek hi gal chaunde ha oh chaunde ha assi peace ਪੀਸ ਐਂਡ ਪੀਸ ਤਾਂ ਜਿਵੇਂ ਤੁਸੀਂ ਵੇਖ ਸਕਦੇ ਹੋ ਠੀਕ ਮੇਰੇ ਪਿੱਛੇ ਇੱਕ ਪਾਸੇ ਪਾਕਿਸਤਾਨ ਦਾ ਝੰਡਾ ਔਰ ਇੱਕ ਪਾਸੇ ਹਿੰਦੁਸਤਾਨ ਦਾ ਝੰਡਾ ਇੱਕ ਪਾਸੇ ਪਾਕਿਸਤਾਨ ਦੇ ਵਿੱਚ ਵਸਦੇ ਪੰਜਾਬੀ ਭਾਈਚਾਰੇ ਦੇ ਲੋਕ ਇੱਕ ਪਾਸੇ ਹਿੰਦੁਸਤਾਨ ਦੇ ਵਿੱਚ ਪੰਜਾਬ ਦੇ ਵਿੱਚ ਵਸਦੇ ਪੰਜਾਬੀ ਭਾਈਚਾਰੇ ਦੇ ਲੋਕ ਔਰ ਵਿੱਚ ਇਹ ਲਾਂਗਾ ਜਿੱਥੇ ਮੈਂ ਖੜਿਆ ਹਾਂ ਅੱਜ ਇਸ ਲਾਂਗੇ ਨੂੰ ਹੀ ਲੈ ਕੇ ਜਿਹੜਾ ਅੱਜ ਪ੍ਰੋਗਰਾਮ ਇੱਥੇ ਰੱਖਿਆ ਗਿਆ ਹੈ ਉਸ ਲਾਂਗੇ ਦਾ ਜਿਹੜਾ ਸਫਰ 70 ਸਾਲਾਂ ਦਾ ਸੀ ਉਹ ਅੱਜ 7 ਮਾਈਲ ਰਹਿ ਗਿਆ ਯਾਨੀ ਕਿ ਜਸਟ 7 ਕਿਲੋਮੀਟਰ ਅੱਜ ਉਸ ਨੂੰ ਲੈ ਕੇ ਇਹ ਪ੍ਰੋਗਰਾਮ ਰੱਖਿਆ ਗਿਆ ਔਰ ਸਭ ਨੇ ਸਿਰਫ ਇੱਕ ਹੀ ਗੱਲ ਕਹੀ ਕਿ ਅਸੀਂ ਚਾਹੁੰਦੇ ਆ ਚਾਹੇ ਉਹ ਪਾਕਿਸਤਾਨ ਹੋਵੇ ਚਾਹੇ ਉਹ ਹਿੰਦੁਸਤਾਨ ਹੋਵੇ ਪਿਆਰ ਪੈਗਾਮ ਤੇ ਸਿਰਫ ਚਾਹੁੰਦੇ ਆ ਅਸੀਂ ਇਨਸਾਨੀਅਤ ਤੇ ਦੇਣਾ ਚਾਹੁੰਦੇ ਆ ਹਰ ਕਿਸੇ ਨੂੰ ਪੀਸ ਪੀਸ ਐਂਡ ਪੀਸ ਮੈਂ ਸੀਗਾ ਹਰਕਿਰਤ ਸਿੰਘ ਆਲੂ ਵਾਲੀਆ ਵੀਡੀਓ ਜਰਨਲਿਸਟ ਦਲਵੀਰ ਸਿੰਘ ਦੇ ਨਾਲ ਜਸਟ ਪੰਜਾਬੀ ਦੇ ਲਈ